ਇਨਕੁਆਰੀ ਅਫਸਰ ਜਿਹੜਾ ਆਵੇ ਫਿਰ ਉਹਨੇ ਆਪਣੀ ਇਨਕੁਆਰੀ ਦੇ ਵਿੱਚ ਪਹਿਲੇ ਪੇਜ ਦੇ ਉੱਤੇ ਲਿਖਿਆ ਕਿ ਮੈਂ ਜਿੰਨਾ ਰਿਕਾਰਡ ਇਹਨਾਂ ਕੋਲ ਮੰਗਿਆ ਉਹਨਾਂ ਰਿਕਾਰਡ ਦਿੱਤਾ ਨਹੀਂ ਤੇ ਜਿਹੜਾ ਇਹਨਾਂ ਮੈਨੂੰ ਰਿਕਾਰਡ ਦਿੱਤਾ ਉਹਦੇ ਮੁਤਾਬਕ ਇਹਨਾਂ 1 ਅਰਬ ਤੇ 31 ਕਰੋੜ ਦੀ ਕਰਪਸ਼ਨ ਕੀਤੀ ਸਾਨੂੰ ਇਹ ਮੌਕਾ ਮਿਲਿਆ ਤੇ ਅਸੀਂ ਇਨਸ਼ਾ ਅੱਲਾਹ ਤਾਲਾ ਇਹ ਬਰਾਮਦਗੀ ਕਰਵਾਵਾਂਗੇ ਕਿ ਇਹਨਾਂ 1800 ਫਾਈਲਾਂ ਐਸੀਆਂ ਸੇਲ ਕਰ ਦਿੱਤੀਆਂ ਨੇ ਜਿਨ੍ਹਾਂ ਦਾ ਰਿਕਾਰਡ ਮੌਜੂਦ ਜਿਦ ਤੇ ਕਿ ਜਗ੍ਹਾ ਹੀ ਕੋਈ ਨਹੀਂ ਜਗ੍ਹਾ ਕੋਈ ਨਹੀਂ ਪਲਾਟਾਂ ਉੱਤੇ ਫਾਈਲਾਂ ਵੇਚ ਦਿੱਤੀਆਂ ਨੇ ਜਦੋਂ ਤੁਸੀਂ ਵੋਟ ਪਾਉਣ ਜਾਓ ਆਪਣੇ ਜ਼ਮੀਰ ਦੀ ਆਵਾਜ਼ ਸਾਹਮਣੇ ਰੱਖੋ ਕਲੋਨੀ ਦੇ ਹਾਲਾਤ ਨੂੰ ਸਾਹਮਣੇ ਰੱਖੋ ਇਹ ਮੇਰੇ ਔਰ ਤੁਹਾਡੇ ਸਾਰਿਆਂ ਦੇ ਬੱਚਿਆਂ ਦਾ ਫਿਊਚਰ ਹੈ ਤੇ ਅਸੀਂ ਇਨਸ਼ਾਅੱਲਾ ਤਾਲਾ ਇਸ ਕਰਪਟ thole ਦੇ ਖਿਲਾਫ ਆਪਣਾ ਮੋਕਫ ਔਰ ਸਟੈਂਡਡ ਹੈ ਨਾ ਉਹਨੂੰ ਇਨਸ਼ਾਅੱਲਾ ਤਾਲਾ ਉਹਨੂੰ ਜਿਹੜਾ ਨਾ ਕਾਇਮ ਔਰ ਦائم ਰੱਖਾਂਗੇ ਆਪਣੇ ਕਰਪਸ਼ਨ ਦੇ ਕੇਸਾਂ ਦੇ ਵਿੱਚ ਨਾ ਸੁਸਾਇਟੀ ਦਾ ਪੈਸਾ ਬਰਬਾਦ ਕੀਤਾ ਇਹਨਾਂ ਫੀਸਾਂ ਦੀ ਮੱਦਈ ਦਿੱਤਾ ਰਿਜ਼ਲਟ ਇਲੈਕਸ਼ਨ ਦਾ ਜਿਹੜਾ ਮਰਜ਼ੀ ਹੋਵੇ ਲੇਕਿਨ ਅਸੀਂ ਕਰਪਸ਼ਨ ਦੇ ਉੱਤੇ ਕੰਪਰੋਮਾਈਜ਼ ਕਿਸੇ ਸੂਰਤ ਵਿੱਚ ਨਹੀਂ ਕਰਾਂਗੇ प्यारे देखने वालों मेला टीवी ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਹਾਈਆਂ ਤੋਂ ਸਤ ਬਿਸਮిల్లా ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਕਬਰ ਲਜ਼ਈ ਅਸੀਂ ਦੋ ਵੀਲੌਗਸ ਡੀਸੀ ਕਲੋਨੀ ਦੇ ਇੰਤਹਾਬਾਦ ਬਾਰੇ ਕੀਤੇ ਤੇ ਤੁਹਾਡੀ ਸੇਵਾ ਦੇ ਵਿੱਚ ਪੇਸ਼ ਵੀ ਕੀਤੇ ਜਿਨ੍ਹਾਂ ਨੂੰ ਤੁਸੀਂ ਡਾਡਾ ਸਰਾਇਆ ਬਿਲ ਖਸੂਸ ਵੀਲੌਗਸ ਦੇ ਵਿੱਚ ਜਿਹੜੇ ਸਾਡੇ ਪਾਰਟਿਸਪੈਂਟਸ ਸਨ ਉਹਨਾਂ ਜਿਹੜੀ ਕ腐ਸ਼ਨ ਨੂੰ ਬੇਨਕਾਬ ਕੀਤਾ ਉਹ ਤੁਹਾਡੇ ਵਾਸਤੇ ਤੁਹਾਡੇ ਕਮੈਂਟਸ ਨੇ ਸਾਨੂੰ ਇਹ ਦੱਸਿਆ ਕਿ ਬੜੀ ਹੈਰਤ ਅੰਗੇਸ ਚੀਜ਼ ਸੀ ਔਰ ਤੁਹਾਨੂੰ ਆਪਣੇ ਮਸਤਕਬਲ ਦਾ ਤਾਇਨ ਕਰਨ ਦੇ ਵਾਸਤੇ ਉਹਦੇ ਵਿੱਚੋਂ ਕਾਫੀ ਮਟੀਰੀਅਲ ਵੀ ਮਿਲਿਆ ਹੈ ਸਾਹਿਬੋ ਅੱਜ ਅਸੀਂ ਇੱਕ ਹੋਰ ਦੋਸਤ ਨੂੰ ਤੁਹਾਡੀ ਫਰਮਾਇਸ਼ ਦੇ ਉੱਤੇ ਲੈ ਕੇ ਤੁਹਾਡੇ ਹਜ਼ੂਰ ਪੇਸ਼ ਹੋਏ ਆਂ ਸਾਨੂੰ ਬਹੁਤ ਸਾਰੇ ਡੀਸੀ ਕਲੋਨੀ ਦੇ ਵਸਨੀਕਾਂ ਨੇ ਇਹ ਫਰਮਾਇਸ਼ ਕੀਤੀ ਸੀ ਸਾਥੋਂ ਮੰਗ ਕੀਤੀ ਸੀ ਕਿ ਅਦਰੀਸ ਢਾਰ ਸਾਹਿਬ ਜਿਹੜੇ ਨੇ ਡੀਸੀ ਕਲੋਨੀ ਦੇ ਉਹ ਵੀ ਰਿਹਾਇਸ਼ੀ ਨੇ ਔਰ ਪਾਸबान ਗਰੁੱਪ ਦੇ ਇੱਕ ਉਗੜਵੇਂ ਕਾਇਦ ਵੀ ਨੇ ਉਹਨਾਂ ਦੇ ਨਾਲ ਵੀ ਅਸੀਂ ਤੁਹਾਨੂੰ ਮਿਲਵਾਈਏ ਉਹਨਾਂ ਦਾ ਇੰਟਰਵਿਊ ਵੀ ਅਸੀਂ ਤੁਹਾਡੀ ਖidmat ਦੇ ਵਿੱਚ ਪੇਸ਼ ਕਰੀਏ ਔਰ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀ ਕਿ ਡੀਸੀ ਕਲੋਨੀ ਦੇ ਬਾਰੇ ਉਹਦੀ ਕ腐ਸ਼ਨ ਜਿਹੜੀ ਇੱਥੇ ਹੋਈ ਏ ਉਹਦੇ ਬਾਰੇ ਜਿੰਨਾ ਕੁਝ ਉਹ ਜਾਣਦੇ ਨੇ ਉਹ ਵੀ ਅਸੀਂ ਤੁਹਾਨੂੰ ਸੁਣਵਾਈਏ ਤੇ ਅੱਜ ਅਸੀਂ ਤੁਹਾਡੇ ਹੁਕਮ ਨੂੰ ਸਿਰ ਮੱਥੇ ਤੇ ਰੱਖਦਿਆਂ ਹੋਇਆਂ ਅਦਰੀਸ ਢਾਰ ਸਾਹਿਬ ਹੋਰਾਂ ਦੇ ਕੋਲੋਂ ਟਾਈਮ ਲਿਆ ਏ ਸਾਡੇ ਨਾਲ ਮੌਜੂਦ ਨੇ ਆਓ ਫਿਰ ਉਹਨਾਂ ਦੀਆਂ ਗੱਲਾਂ ਬਾਤਾਂ ਤੇ ਡੀਸੀ ਕਲੋਨੀ 'ਚ ਹੋਣ ਵਾਲੀ ਕ腐ਸ਼ਨ ਦੇ ਕਿਸੇ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਨੇ ਅਸਲਾਮ ਵਾਲੇਕਮ ਡਾਕਟਰ ਸਾਹਿਬ ਵਾਲੇਕਮ ਸਲਾਮ ورحਮਤੁਲ্লাহ ਬਰਕਤਾਂ ਕੀ ਹਾਲ ਚਾਲ ਜੀ ਜੀ ਅਲhamdulillah ਅੱਲਾ ਦਾ ਸ਼ੁਕਰ ਡਾਕਟਰ ਸਾਹਿਬ ਅੱਛਾ ਹਜ਼ੂਰ ਤੁਸੀਂ ਵੀ ਰੋਜ਼ੇ ਅਵਲ ਤੋਂ ਪਹਿਲੇ ਦਿਨ ਤੋਂ ਇੱਥੇ ਰਹਿ ਰਹੇ ਹੋ ਡੀਸੀ ਕਲੋਨੀ ਦੇ ਵਿੱਚ ਇਹ ਕਿਉਂ ਤੁਸੀਂ ਇਸ ਤੀਸਰੇ ਗਰੁੱਪ ਵਿੱਚ ਆ ਗਏ ਹੋ ਪਹਿਲੇ ਦੋ ਗਰੁੱਪ ਹੈ ਸਨ ਹੁਣ ਇਹ ਕਿ ਤੁਸੀਂ ਤੀਸਰਾ ਬਣਾਇਆ ਹੈ ਇਸ ਪਿੱਛੇ ਕੀ ਹੈ ਇਹਦੇ ਸਾਰੇ ਕਾਰ ਫਰਮਾਏ ਗੱਲਬਾਤ ਉਹ ਜ਼ਰਾ ਸਾਡੇ ਵਿਊਅਰਜ਼ ਨੂੰ ਦੱਸੋ ਹਾਂ ਪਲੀਜ਼ ਮੈਂ ਡਾਕਟਰ ਸਾਹਿਬ ਤੁਹਾਨੂੰ ਗੁਜ਼ਾਰਿਸ਼ ਕਰਦਾ ਜਾਵਾਂ ਕਿ ਮੈਂ 2013 ਦੇ ਵਿੱਚ ਪਹਿਲੀ ਦਫਾ ਡੀਸੀ ਕਲੋਨੀ ਦੀ ਸਿਆਸਤ ਤੇ ਚਾਇਆ ਜੀ ਉਦੋਂ ਖਾਲਸ ਸੁਲਤਾਨ ਦੀ ਬੀਗਮ ਜਿਹੜੀ ਸੀ ਉਹ ਸਦਰ ਸੀ ਉਹਨਾਂ ਦੇ ਨਾਲ ਮੈਂ 3 ਸਾਲ ਗੁਜ਼ਾਰੇ ਥੋੜਾ ਕੁ ਸਾਰਾ ਤੁਹਾਨੂੰ ਕ੍ਰਪਸ਼ਨ ਦੀ ਇਹਦੀ ਬੁਨਿਆਦ ਦੱਸਾਂਗੇ ਕਿਸ ਤਰ੍ਹਾਂ ਸ਼ੁਰੂ ਹੋਈ ਜੀ ਸਾਡੇ ਕੋਲ ਇੱਕ ਮੀਟਿੰਗ ਚੱਲ ਰਹੀ ਸੀ ਜਿਹਦੇ ਵਿੱਚ ਅਖਰਾਜਾ ਸਾਡੇ 3 ਮਹੀਨੇ ਦੇ ਉਹਨਾਂ ਕਾਊਂਟ ਕੀਤੇ ਜਿਹੜੇ ਮੀਟਿੰਗ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਜੀ ਉਹ 6 ਕਰੋੜ ਦੇ ਸਮਥਿੰਗ ਸਨ ਜੀ ਜਦੋਂ ਮੈਨੂੰ ਉਹ ਨਾ ਬੁੱਧ ਵਾਲੇ ਦਿਨ ਸਾਨੂੰ ਨਾ ਝੰਡਾ ਦਿੱਤਾ ਜੀ ਤੇ ਉਸ ਝੰਡੇ ਨੂੰ ਮੈਂ ਜਦੋਂ ਸਾਰਾ ਪੜਿਆ ਉਹਨਾਂ ਬਾਰ-ਬਾਰ ਬੜਾ ਇصرਾਰ ਕੀਤਾ ਕਿ ਜੀ 14 ਦੇ 14 ਬੰਦੇ ਸਾਈਨ ਕਰ ਦਿੱਤੇ ਨੇ ਸਿਰਫ ਤੁਹਾਡੇ ਸਾਈਨ ਬਾਕੀ ਨੇ ਮੈਂ ਉਹਨੂੰ ਕਿਹਾ ਕਿ ਮੈਂ ਜਦ ਤੱਕ ਇਹਨੂੰ ਏਜੰਡੇ ਨੂੰ ਪੜਾਂਗਾ ਨਹੀਂ ਮਿੰਟਸ ਪੜਾਂਗਾ ਨਹੀਂ ਮੈਂ ਉਨੀ ਦੇ ਤੱਕ ਇਹ ਤੇ ਸਾਈਨ ਨਹੀਂ ਕਰਾਂਗਾ ਅੱਛਾ ਜੀ ਉਹਨਾਂ ਬੜਾ ਜ਼ੋਰ ਲਾਇਆ ਲੇਕਿਨ ਮੈਂ ਸਾਇਨ ਨਾ ਕੀਤੇ ਇਤਫਾਕ ਦੇ ਨਾਲ ਮੈਂ ਬੜਾ ਮਸਰੂਫ ਸਾਂ ਮੈਨੂੰ ਜੁਮੇ ਨੂੰ ਟਾਈਮ ਮਿਲਿਆ ਮੈਂ ਜਦੋਂ ਮਿੰਟਸ ਪੜ੍ਹੇ ਤੇ ਉਹਦੇ ਵਿੱਚ ਜਿਹੜੇ ਖਰਾਜਾਤ ਸਨ ਉਹ ਉਹਨਾਂ ਦੱਸੇ 6 ਕਰੋੜ ਦੇ ਹਨ ਤੇ ਖਰਾਜਾਤ ਉਹਦੇ ਵਿੱਚ 60 ਕਰੋੜ ਦੇ ਉੱਤੇ ਸਨ ਅੱਛਾ ਮੈਂ ਉਹ ਜਿਹੜਾ ਸਾਡਾ ਡੀਸੀ ਕਲੋਨੀ ਦਾ ਹੈੱਡ ਕਲਰਕ ਹੈ ਅਜ਼ੀਮ ਉਹਨੂੰ ਫੋਨ ਕੀਤਾ ਉਹਨੂੰ ਮੈਂ ਕਿਹਾ ਕਿ ਬਾਈ ਇਹ ਸਾਡੇ ਜਿਹੜੇ ਖਰਾਜਾਤ ਸਨ ਉਹ ਕਿੰਨੇ ਸਨ ਮੀਟਿੰਗ ਦੇ ਵਿੱਚ ਹਾਂ ਉਹਨੇ ਕਹਾ ਜਨਾਬ ਇਹ ਅਕਾਊਂਟਸ ਵਾਲਾ ਨੂੰ ਪਤਾ ਜਦ ਕਿ ਮੈਨੂੰ ਉਹਦੀ ਉਹਨਾਂ ਦੀ ਗੁਫ਼ਤਗੂ ਤਾਂ ਪਤਾ ਲੱਗਦਾ ਸੀ ਕਿ ਅੰਦਰ ਬੇਈਮਾਨੀ ਹੈ ਮੈਂ ਉਹਨਾਂ ਨੂੰ ਕਹਾ ਕਿ ਤੁਸੀਂ ਮੇਰੀ ਕਾਲ ਜਿਹੜੀ ਹੈ ਉਹ ਅਕਾਊਂਟਸ ਨੂੰ ਟ੍ਰਾਂਸਫਰ ਕਰੋ ਹਮ ਜਦੋਂ ਉਹਨਾਂ ਕਾਲ ਮੇਰੇ ਅਕਾਊਂਟ ਨੂੰ ਅਕਾਊਂਟਸ ਡਿਪਾਰਟਮੈਂਟ ਨੂੰ ਟ੍ਰਾਂਸਫਰ ਕੀਤੀ ਉੱਥੇ आफताब ਸਾਹਿਬ ਸਨ ਜਿਹੜੇ ਕਿ ਅਕਾਊਂਟ ਦੇ ਇੰਚਾਰਜ ਹਨ ਔਰ ਇੱਕ ਅਨਸਰ ਸੀ ਜਿਹੜਾ ਹੁਣ ਵੀ ਉਹ ਡਾਇਰੈਕਟਰ ਹੈ ਅਕਾਊਂਟ ਡਿਪਾਰਟਮੈਂਟ ਦਾ ਹਮ ਉਹਨੂੰ ਮੈਂ ਪੁੱਛਿਆ ਕਿ ਭਾਈ ਇਹ ਤੁਸੀਂ ਸਾਡੇ ਜਿਹੜੇ ਸਨ ਖਰਾਜਾਤ ਉਹਦੇ 6 ਕਰੋੜ ਤੇ 73 ਲੱਖ ਕੋਈ ਸਨ ਇਹ 61 ਕਰੋੜ ਕਿੰਝ ਹੋ ਗਏ ਹੂੰ ਉਹਨੇ ਕਿਹਾ ਕਿ ਜਨਾਬ ਇਹ ਸਾਡੇ ਕੋਲ ਬਾਈ ਮਿਸਟੈਕ ਹੋ ਗਏ ਨੇ ਮੈਂ ਕਿਹਾ ਮਿਸਟੈਕ ਨਹੀਂ ਕਿਉਂਕਿ ਮੈਂ ਉਹਦਾ ਸਾਰਾ ਟੋਟਲ ਚੈੱਕ ਕੀਤਾ ਤੁਹਾਡਾ ਟੋਟਲ ਪੂਰਾ 61 ਕਰੋੜ ਦਾ ਹੋਵੇ ਅਗਰ ਮਿਸਟੈਕ ਹੋਵੇ ਤੇ ਫਿਰ ਤੁਹਾਡੇ ਟੋਟਲ 'ਚ ਫਰਕ ਆਉਣਾ ਚਾਹੀਦਾ ਜਦ ਕਿ ਤੁਹਾਡੇ ਪਿੱਛੇ ਸਾਰੇ ਖਰਾਜਾਤ ਤੁਸੀਂ 61 ਕਰੋੜ ਦੇ ਮੁਤਾਬਕ ਮਲਾਏ ਨੇ ਔਰ ਤੁਸੀਂ ਇਸ ਕਦਰ ਜ਼ਾਲਮ ਔਰ ਸਾਰੇ ਫਰਾਡੀਅਰ ਹਲੇਓ ਕਿ ਅਗਰ ਤੁਸੀਂ ਇਹਨੂੰ ਇਹੋ ਜਿਹਾ ਕੰਮ ਤੁਸੀਂ 3-4 ਵਾਰ ਕੀਤਾ ਤੇ ਸਾਡੀ ਸੁਸਾਇਟੀ ਜਿਹੜੀ ਹੈ ਬੈਂਕਰਪਟ ਹੋ ਜਾਏਗੀ। ਤੇ ਉਹ ਦੋ ਜਨਾਬ ਉਹ ਅਸਲ ਵਿੱਚ ਉਹ ਤੁਹਾਡੇ ਸਾਰੇ ਜਿਹੜੇ ਤੁਸੀਂ ਐਗਜ਼ੀਕਟਿਵ ਮੈਂਬਰਾਂ ਸਾਓ ਉਹ ਤੁਹਾਡੇ ਕੋਲੋਂ ਸਿਗਨੇਚਰ ਕਰਾਣ ਤੋਂ ਬਾਅਦ ਉਹ 60 ਕਰੋੜ ਦੇ ਅੱਗੇ ਫਿਰ ਉਹਨਾਂ ਇੱਕ ਸਿਫਰਾ ਹੋਰ ਪਾ ਲੈਣਾ ਸੀ ਨਾ ਜੀ। ਜੀ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ। ਉਹ ਫਿਰ ਜਨਾਬ ਮੈਂ ਉਸ ਕੇਸ ਨੂੰ ਬੁਨਿਆਦ ਬਣਾ ਕੇ ਤੇ ਮੈਂ ਖਾਲਸ ਸੁਲਤਾਨ ਦੀ ਕਰਪਸ਼ਨ ਨੂੰ ਲੈ ਕੇ ਤੇ ਨੈਬੇ ਚਲਾ ਗਿਆ। ਵਾ ਜਦੋਂ ਮੈਂ ਨਾਇਬ ਵਿੱਚ ਲੈ ਕੇ ਗਿਆ ਤੇ ਫਿਰ ਉਹਨਾਂ ਬੜੀਆਂ ਰਿਕੁਐਸਟਾਂ ਬੜੇ ਤਰਲੇ ਕੀਤੇ ਉਹਨਾਂ ਮਿੰਨਤ ਸਮਾਜਿਤ ਕੀਤੀ ਲੇਕਿਨ ਮੈਂ ਉਹਦੇ ਤੇ ਕਿਸੇ ਸੂਰਤ ਵਿੱਚ ਕੰਪਰੋਮਾਈਜ਼ ਨਹੀਂ ਕੀਤਾ ਉਸੇ ਕੇਸ ਦੀ ਬੁਨਿਆਦ ਦੇ ਉੱਤੇ ਅਸੀਂ ਖਾਲਸ ਸੁਲਤਾਨ ਦਾ ਜਿਹਦਾ ਕਿ ਉਹ ਪਿਛਲੇ 20 ਸਾਲ ਤੋਂ ਤੇ ਕਾਬੂ ਸੀ ਅਸੀਂ ਅਸੀਂ ਉਹਨੂੰ ਕਿਕ ਆਊਟ ਕੀਤਾ ਹੂੰ ਉਹਦੇ ਵਿੱਚ ਅਸੀਂ ਸਾਰੇ ਰਿਆਸ਼ੀਆ ਮਿਲ ਕੇ ਅਸਾਂ ਕੋਸ਼ਿਸ਼ ਕੀਤੀ ਕਿ ਅਸੀਂ ਅਮਜਦ ਵਾਟਸਐਪ ਨੂੰ ਲੈ ਕੇ ਆਈਏ ਜੀ ਜਦੋਂ ਅਸੀਂ ਅਮਜਦ ਵਾਟਸਐਪ ਨੂੰ ਇੰਟਰੋਡਿਊਸ ਕਰਾਇਆ ਤੇ ਉਹ ਮੇਰੇ ਮੈਂ ਚੁੱਕੇ ਇੰਡਸ ਬਲੌਗ ਦਾ ਰਿਆਸ਼ੀ ਜਾਂ ਪੁਰਾਣਾ ਸ਼ੁਰੂ ਤੋਂ ਜੀ ਤੇ ਸਾਡੇ ਇੰਡਸ ਬਲੌਗ ਦੇ ਵਿੱਚ ਸਾਡੇ ਇੱਕ ਬੜੀ ਅੱਛੀ ਹਤੂਨ ਸੀ ਅੱਲਾਹ ਤਾਲਾ ਨੂੰ ਜੀ ਕੀ ਰਹਿਮਤ ਕਰੇ ਉਹ وفات پا گئے ਨੇ ਇਹਨਾਂ ਮੈਨੂੰ ਕਹਾਂ ਕਿ ਭਈ ਤੁਸੀਂ ਉਹਨਾਂ ਨੂੰ ਮਿਲੋ ਫੈਮਿਲੀ ਦੇ ਨਾਲ ਤਾਂ ਕਿ ਸਾਨੂੰ ਵੋਟ ਦਿਲਾ ਸਕਣ ਜਦੋਂ ਮੈਂ ਉਹਨਾਂ ਦੇ ਘਰ ਗਿਆ ਤੇ ਉਹਨਾਂ ਕਿਹਾ ਕਿ ਮੈਂ ਅਮਜਦ ਬੱਟ ਦੀ ਹਵਾ ਠੀਕ ਨਹੀਂ ਤੇ ਲਿਆਦਾ ਮੈਨੂੰ ਤੇਦੇ ਤੇ ਇਤਮਾਦ ਨਹੀਂ ਹੈ ਉਹ ਜਦੋਂ ਅਸੀਂ ਕਾਫੀ ਸਾਰੀ ਉਹਨਾਂ ਨਾਲ ਬਹਿਸ ਕੀਤੀ ਤੇ ਉਹਨਾਂ ਕਹਿੰਦੇ ਜੀ ਠੀਕ ਹੈ ਅਗਰ ਮੈਨੂੰ ਆ ਕੇ ਉਹ ਹਲਫ ਦੇ ਦੇ ਕਿ ਮੈਂ ਕ੍ਰਪਸ਼ਨ ਨਹੀਂ ਕਰਾਂਗਾ ਤੇ ਫਿਰ ਅਸੀਂ ਮੇਰੇ ਜਿੰਨੇ ਕੇਜ ਵੋਟ ਹੋਣਗੇ ਮੈਂ ਉਹਨਾਂ ਦਲਾਵਾਂਗੀ ਹਾਂ ਅਸੀਂ ਦੋਸਤਾਂ ਦੇ ਨਾਲ ਔਰ ਮੈਂ ਅਮਜਦ ਬਾਟ ਸਾਬ ਨਾਲ ਗੱਲ ਕੀਤੀ ਕਿ ਜਨਾਬ ਤੁਹਾਡੇ ਨਾਲ ਜਿਹੜੇ ਸਾਥੀ ਨੇ ਜ਼ੁਲਫਕਾਰ ਚੀਮਾ ਔਰ ਵਕਾਸ ਖੋਕਰ ਹੋਰੇ ਜਿਹੜੇ ਲੋਕ ਨੇ ਇਹ ਤੇ ਸਾਰੇ ਬੈਕ ਹਿਸਟਰੀ ਤੋਂ ਕ੍ਰਪਟ ਨੇ ਹਾਂ ਇਹਨਾਂ ਕਿਹਾ ਕਿ ਨਹੀਂ ਡਾਰ ਸਾਹਿਬ ਮੈਂ ਨਾ ਕ੍ਰਪਸ਼ਨ ਕਰਾਂਗਾ ਤੇ ਨਾ ਕਰਨ ਦਿਆਂਗਾ ਜੀ ਮੈਂ ਕਹਿਆ ਜੀ ਉਹ ਜਿਹੜੇ ਖਾਲਾ ਬੜਾਚ ਨਹੀਂ ਹੈ ਉਹ ਤੇ ਕਹਿੰਦੀ ਹੈ ਕਿ ਮੈਨੂੰ ਹਰਫ਼ ਤਾਂ ਹਲਫ਼ਾਂ ਤਸੱਲੀ ਦਿਓ ਅਮਜਦ ਬਾਟਸਾ ਫਿਜ਼ੀਕਲੀ ਉਥੇ ਆਏ ਫਿਰ ਅਸੀਂ 10 12 ਦੋਸਤ ਜਿਹਦੇ ਵਿੱਚ ਲਿਆਸ ਗੁਰਾਇਆ ਸਾਹਿਬ ਸ਼ਾਮਿਲ ਸਨ ਔਰ ਇੱਕ ਕਿਸਾਨ ਗੁਰਾਇਆ ਸਾਹਿਬ ਨੇ ਲੈਦਰ ਪੁਆਇੰਟ ਵਾਲੇ ਉਥੇ ਆਏ ਹੋ ਵੀ 9 10 ਜੀ ਸਨ ਜਿਹੜੇ ਉਥੇ ਦੇ ਅਰਾਊਂਡ ਇੰਡਸ ਬਲਾਕ ਦੇ ਰਿਆਸੀ ਸਨ ਉਹਨਾਂ ਦੇ ਸਾਹਮਣੇ ਅਮਜਦ ਬਾਟਸਾ ਨੇ ਫਿਜ਼ੀਕਲੀ ਹੱਥੇ ਚ ਕੁਰਾਨ ਚੁੱਕ ਕੇ ਕਿਹਾ ਕਿ ਨਾ ਮੈਂ ਕਰਪਸ਼ਨ ਕਰਾਂਗਾ ਨਾ ਮੈਂ ਕਰਨ ਦਿਆਂਗਾ ਵਾਹ ਉਹਦੇ ਉੱਤੇ ਸਾਰੇ ਲੋਕ ਮਤਮਨ ਹੋਏ ਅਸੀਂ ਸਾਰਿਆਂ ਕੋਸ਼ਿਸ਼ ਕਰਕੇ ਅਮਜਦ ਬਾਟਸਾਹ ਨੂੰ ਸਦਾਰਤ ਉਹ ਅਸੀਂ ਜੇ ਇਲੈਕਸ਼ਨ ਜਿੱਤ ਗਏ ਪੂਰਾ ਫਾਊਂਡਰ ਗਰੁੱਪ ਜਿੱਤ ਗਿਆ ਉਹਦੋਂ ਸਾਡੇ ਜਿਹੜਾ ਅਸੀਂ ਤਿਹਾਦ ਗਰੁੱਪ ਸੀ ਉਹਦੇ ਵਿੱਚੋਂ ਇੱਕੋ ਹੀ ਬੰਦੇ ਗੇ ਔਰਤ ਜਿੱਤੀ 14 ਅਸੀਂ ਸਾਹ ਤੇ ਇੱਕ ਸਮੀਨਾ ਇਰਫਾਨ ਜਿਹੜੀ ਸੀ ਉਹ ਦੂਸਰੇ ਗਰੁੱਪ ਚੋਂ ਜਿੱਤੀ ਜੀ ਉਹ ਜੂ ਹੀ ਇਹ ਮਾਮਲਾ ਸ਼ੁਰੂ ਹੋਇਆ ਤਾਂ ਕੁਝ ਅਰਸੇ ਤੋਂ ਬਾਅਦ ਹੀ ਉਹ ਸੇਮ ਉਹੀ سلسلہ ਸ਼ੁਰੂ ਹੋ ਗਿਆ ਕ੍ਰਪਸ਼ਨ ਆ ਰਾ ਦੋ ਤਿੰਨ ਮਹੀਨੇ ਬਾਅਦ ਹੀ ਮੇਰੇ ਘਰ ਅਮਜਦ ਬਾਟਸਾਹ ਆਏ ਮੇਰੇ ਉਹਨਾਂ ਦੇ ਇਖਤਲਾਫਾਤ ਸ਼ੁਰੂ ਹੋ ਗਏ ਤੇ ਮੈਨੂੰ ਨਾ ਕਿਹਾ ਕਿ ਬਈ ਤਲਾਫਾ ਤੁਹਾਡੇ ਉਹਨਾਂ ਨਾਲ ਵੀ ਕ腐ਸ਼ਨ ਤੋਂ ਸ਼ੁਰੂ ਕ腐ਸ਼ਨ ਤੋਂ ਸ਼ੁਰੂ ਹੈ ਕ腐ਸ਼ਨ ਤੋਂ ਸ਼ੁਰੂ ਹੈ ਫਿਰ ਉਹਦੇ ਵਿੱਚ ਉਹਨਾਂ ਮੈਨੂੰ ਕਿਹਾ ਕਿ ਬਈ ਤੂੰ ਕਿਸੇ ਤਰੀਕੇ ਮੈਨੂੰ ਚੱਲਨ ਕਿਉਂ ਨਹੀਂ ਦਿੰਦਾ ਤੂੰ ਮਾਮਲਾ ਕਿ ਮੈਂ ਕਿਹਾ ਜੀ ਤੁਸੀਂ ਉਹ ਇੱਕ ਦੋਸਤ ਨੇ ਸਾਡੇ ਤੁਸੀਂ ਉਹਨਾਂ ਦੇ ਘਰ ਬੈਠ ਕੇ ਤੇ 1.5 ਕਰੋੜ ਰੁਪਏ ਹਿਸਾਬ ਮੰਗਿਆ ਕਿ ਆ ਤੁਸੀਂ ਮੰਗਿਆ ਉਹ 10 ਸੈਕਿੰਡ ਤੋਂ ਤੱਕ ਖਮੋਸ਼ ਰਹਿ ਕੇ ਉਹਨਾਂ ਕਹਿੰਦਾ ਜੀ ਮੈਂ ਬਿਲਕੁਲ ਮੰਗਿਆ ਤੇ ਮੈਨੂੰ ਕਿਹਾ ਮੈਂ ਕਿਹਾ ਜੀ ਤੁਸਾਂ ਦੇ ਕੁਰਾਨ ਦੇ ਉੱਤੇ ਹਲਫ਼ ਦਿੱਤਾ ਸੀ ਕਿ ਨਾ ਮੈਂ ਕ腐ਸ਼ਨ ਕਰਾਂਗਾ ਔਰ ਨਾ ਮੈਂ ਕਰਨ ਦਿਆਂਗਾ ਜੀ तो उन्हें फिर मैंने कहा उन्हें कहा कि मैं सियासत भी करनी है कि मैं उन्होंने कुरानी चुकी फिर इंतहाई खतरनाक अस्ताफु सी, अस्ताफु 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 सी अस्ताफु और फिर मैं उन्होंने कहा मैं क्या हाजी साहब थोड़ा तो रस्ता लह दा मेरा लहदा तुम जो कुछ करोगे जेड़ा शा ठीक होगा मैं थोड़ी तो हाँ दे हाँ और मामलात सुसायटी के तहत ना चलावे अगर जे मामलात करप्शन की तरफ हो मैं इन शह तला रुकावट बनागा ਜਦੋਂ ਅਸੀਂ ਉਹ 3 ਸਾਲ ਗੁਜ਼ਰੇ ਉਹਦੇ ਵਿੱਚ ਬਹੁਤ ਸਾਰੇ ਮਾਮਲੇat ਖਰਾਬੀ ਦੀ ਤਰਫ ਗਏ ਅਸੀਂ ਫਿਰ ਇਨਕੁਆਰੀ 'ਚ ਗਏ ਉਹ ਮੈ ਰਿਟ ਕੀਤੀ ਉਹਨਾਂ ਦੇ ਖਿਲਾਫ ਰਜਿਸਟਰਾਰ ਦੇ ਕੋਲ ਰਜਿਸਟਰਾਰ ਸਾਹਿਬ ਦੇ ਕੋਲੋਂ ਰੇਟੋ ਸੈਕਟਰੀ ਕੋਲ ਗਈ ਉਹਦੇ ਵਿੱਚ ਫਿਰ ਆਰਡਰ ਹੋਏ ਇਨਕੁਆਰੀ ਦੇ ਜਦੋਂ ਇਨਕੁਆਰੀ ਹੋਈ ਤੇ ਸਾਡਾ ਇਨਕੁਆਰੀ ਅਫਸਰ ਜਿਹੜਾ ਆਵੇ ਫਿਰ ਉਹਨੇ ਆਪਣੀ ਇਨਕੁਆਰੀ ਦੇ ਵਿੱਚ ਪਹਿਲੇ ਪੇਜ ਦੇ ਉੱਤੇ ਲਿਖਿਆ ਕਿ ਮੈਂ ਜਿੰਨਾ ਰਿਕਾਰਡ ਇਹਨਾਂ ਕੋਲ ਮੰਗਿਆ ਉਹਨਾਂ ਰਿਕਾਰਡ ਦਿੱਤਾ ਨਹੀਂ ਤੇ ਜਿਹੜਾ ਇਹਨਾਂ ਮੈਨੂੰ ਰਿਕਾਰਡ ਦਿੱਤਾ ਹੈ ਉਹਦੇ ਮੁਤਾਬਕ ਇਹਨਾਂ 1 ਅਰਬ ਤੇ 31 ਕਰੋੜ ਦੀ ਕਰਪਸ਼ਨ ਕੀਤੀ। اچھا ਜਿਹੜੀ ਕਿ ਇਹਨਾਂ ਦੇ ਕੋਲ ਸਾਬਤ ਹੈ ਇਹਨਾਂ ਇਹਨਾਂ ਦੇ ਹੀ ਸਾਈਨਾਂ ਦੇ ਨਾਲ ਉਹ ਸਾਰੀ ਮੇਰੇ ਕੋਲ ਰਿਪੋਰਟ ਮੌਜੂਦ ਹੈ ਕਿਸੇ ਦੇ ਵੀ ਬਤਾਲਬੇ ਦੇ ਉੱਤੇ ਉਹ ਮੈਂ ਰਿਪੋਰਟ ਸਾਰੀ ਪੇਸ਼ ਕਰ ਸਕਣਾ। ਉਸ ਰਿਪੋਰਟ ਦੇ ਖਿਲਾਫ ਇਹ ਹਾਈ ਕੋਰਟ ਗਏ ਸੈਕਟਰੀ ਕੋਆਪਰੇਟਿਵ ਦੇ ਕੋਲ ਗਏ ਉਹ ਹਰ ਫੋਰਮ ਦੇ ਉੱਤੇ ਇਹਨਾਂ ਨੂੰ ਰਿਜੈਕਟ ਕੀਤਾ ਗਿਆ। ਉਹ ਲਾਇਬਿਲਟੀ ਇਹਨਾਂ ਦੇ ਉੱਤੇ ਫਿਕਸ ਹੋ ਗਈ ਹੈ। ਸਿਰਫ ਸਾਡੇ ਪਾਕਿਸਤਾਨ ਦੇ ਅੰਦਰ ਬਦਕਿਸਮਤੀ ਹੈ। ਤੇ ਹੁਣ ਉਹਦੀ ਬਰਾਮਦਗੀ ਹੋਣਾ ਬਾਕੀ ਏ ਜਿਹੜੀ ਕਿ ਇਨਸ਼ਾ ਅੱਲਾਹ ਤਾਲਾ ਅਗਰ ਸਾਨੂੰ ਇਹ ਮੌਕਾ ਮਿਲਿਆ ਤੇ ਅਸੀਂ ਇਨਸ਼ਾ ਅੱਲਾਹ ਤਾਲਾ ਇਹ ਬਰਾਮਦਗੀ ਕਰਵਾਵਾਂਗੇ ਵਾਹ ਉਹਦੇ ਤੋਂ ਬਾਅਦ ਡਾਕਟਰ ਸਾਹਿਬ ਜੀ ਇਹ ਜਿਹੜੀ 1 ਅਰਬ 31 ਕਰੋੜ ਦੀ ਤੁਸੀਂ ਕਰਪਸ਼ਨ ਸਾਬਤ ਜਿਹੜੀ ਹੋ ਗਈ ਦੱਸਈਏ ਇਹ ਕਿਹੜੇ ਗਰੁੱਪ ਦੀ ਏ ਫਾਊਂਡਰ ਗਰੁੱਪ ਦੀ ਅੱਛਾ ਅੱਛਾ ਫਾਊਂਡਰ ਗਰੁੱਪ ਦੀ ਏ ਉਹਦੇ ਤੋਂ ਬਾਅਦ ਜਦੋਂ ਦੁਬਾਰਾ ਇਲੈਕਸ਼ਨ ਦਾ ਦੌਰ ਆਇਆ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਅਸੀਂ ਤੀਸਰਾ ਗਰੁੱਪ ਬਣਾ ਸਕੀਏ 2019 ਦੇ ਵਿੱਚ ਲੇਕਿਨ ਬਦ ਕਿਸਮਤੀ ਦੇ ਨਾਲ ਅਸੀਂ ਡਾਕਟਰ ਸਾਹਿਬ ਉਹਦੇ ਚ ਖਾਤਰ ਸਾਾਨੂੰ ਕਾਮਯਾਬੀ ਨਾ ਮਿਲੀ ਜਦੋਂ ਫਿਰ ਦੋ ਗਰੋਪ ਆਏ ਤੇ ਇੱਕ ਦਫਾ ਖਾਲਸ ਸੁਲਤਾਨ ਸਾਹਿਬ ਸਾਡੇ ਮੇਰੇ ਘਰ ਆਏ ਕੱਲਿਆਂ ਉਹਨਾਂ ਆ ਕੇ ਕਿਹਾ ਉਹਨਾਂ ਕਹਿੰਦੇ ਕਿ ਡਾਕਟਰ ਸਾਹਿਬ ਮੇਰੇ ਕੋਲ ਅੱਗੇ ਜਿਹੜੀਆਂ ਕੋ ਗਲਤੀਆਂ ਹੋਈਆਂ ਸਨ ਮੈਂ ਉਹਨੂੰ ਦੁਬਾਰਾ ਕਿਸੇ ਸੂਰਤ ਨਹੀਂ ਦਰਹਾਵਾਗਾ ਤੁਸੀਂ ਇੱਕ ਦਫਾ ਮੈਨੂੰ ਮੌਕਾ ਦਿਓ ਔਰ ਉਹਨਾਂ ਵੀ ਇਹ ਗੱਲ ਹਲਫਨ ਕੀਤੀ ਕਿ ਦੇਖੋ ਮੈਂ ਹੁਣ ਪੰਜ ਵਕਤ ਦਾ ਨਮਾਜ਼ੀ ਹਾਂ ਮੈਂ ਦਾੜੀ ਰੱਖ ਲਈਏ ਇਹ ਸੋਸਾਇਟੀ ਨੂੰ ਮੈਂ ਬਣਾਇਆ ਸੀ ਮੈਂ ਹੋਂ ਇਹਦੇ ਵਿੱਚ ਕੋਈ ਐਸੇ ਕੰਮ ਕਰਨਾ ਚਾਹਨਾ ਕਿ ਜਿਹੜਾ ਲੋਕ ਮੈਨੂੰ ਅੱਛੇ ਅਲਫਾਜ਼ ਦੇ ਨਾਲ ਯਾਦ ਕਰਨ ਹਾਂ ਅਸਾਂ ਉਹਦੇ ਉੱਤੇ ਇਤਬਾਤ ਕੀਤਾ ਔਰ ਇਹ ਇਲੈਕਸ਼ਨ ਜਿਹੜਾ ਵੇ ਦੁਬਾਰਾ ਜਦੋਂ ਹੋਇਆ ਤੇ ਉਹਦੇ ਵਿੱਚ ਪੰਜ ਲੋਕ ਜਿਹੜੇ ਨੇ ਉਹ ਇਤਿਹਾਦ ਗਰੁੱਪ ਦੇ ਜਿੱਤੇ ਔਰ 10 ਲੋਕ ਜਿਹੜੇ ਨੇ ਦੁਬਾਰਾ ਫਾਊਂਡਰ ਗਰੁੱਪ ਦੇ ਜਿੱਤ ਕੇ ਤੇ ਅੱਗੇ ਆ ਗਏ ਹਾਂ ਯਾਨੀ ਜਿਹੜੇ ਪੰਜ ਲੋਕ ਸਨ ਇਤਿਹਾਦ ਗਰੁੱਪ ਦਾ ਮਤਲਬ ਉਹ ਖਾਲਸ ਸੁਲਤਾਨ ਦੇ ਜਿੱਤ ਗਏ ਜੀ ਖਾਲਸ ਸੁਲਤਾਨ ਦੇ ਜਿੱਤੇ ਤੇ ਅਕਸਰੀਅਤ ਫੇਰ ਅਕਸਰੀਅਤ ਫੇਰ ਫਾਊਂਡਰ ਗਰੁੱਪ ਅਮਜਦ ਸਲੀਮ ਬਾਟ ਸਾਹਿਬ ਦੇ ਅਮਜਦ ਸਲੀਮ ਬਾਟ ਸਾਹਿਬ ਦੀ ਸਿਰਫ ਅਮਜਦ ਸਲੀਮ ਬਾਟ ਸਾਹਿਬ ਖੁਦ ਨਹੀਂ ਸਨ ਬਾਕੀ ਟੀਮ ਸਾਰੀ ਉਹਨਾਂ ਦੀ ਜਿੱਤ ਗਈ ਅੱਛਾ ਵਾਹ ਵਾਹ ਸਾਡੇ ਇਹ ਸੁਸਾਇਟੀ ਦੀ ਬਦਕਿਸਮਤੀ ਜੇ ਜਨਾਬ ਉਹਨਾਂ ਇਹ ਪਹਿਲੇ ਹੀ ਦੇਖ ਲਿਆ ਕਿ ਸਾਡੇ ਅਸੀਂ ਅੱਗੇ ਵੀ ਕ腐ਸ਼ਨ ਕੀਤੀ ਹੈ ਕੁਛ ਨਹੀਂ ਹੋਇਆ ਉਹਨਾਂ ਦੇ ਹੋਰ ਜਿਸ ਤਰ੍ਹਾਂ ਤੁਸੀਂ ਪੰਜਾਬੀ ਚ ਕਹਿੰਦੇ ਹੋ ਕਿ ਉਹਨਾਂ ਦੇ ਐਂਟ ਖੁੱਲ ਗਏ ਤੇ ਉਹਨਾਂ ਜਨਾਬ ਫਿਰ ਕ腐ਸ਼ਨ ਦੀ ਅਖੀਰ ਕੀਤੀ ਔਰ ਡੀਸੀ ਕਲੋਨੀ ਦੀ ਪੂਰੀ ਅਗਰ ਅਸੀਂ 22 ਸਾਲ 25 ਸਾਲ ਦੀ ਹਿਸਟਰੀ ਦੇਖੀਏ ਤੇ ਡਾਕਟਰ ਸਾਹਿਬ ਇੰਨੀ ਕ腐ਸ਼ਨ ਨਹੀਂ ਹੋਈ ਜਿੰਨੀ ਕ腐ਸ਼ਨ ਆਤਫ ਜੀ ਮੈਨੇ ਔਰ ਇਹਨੇ ਫਾਊਂਡਰ ਗਰੁੱਪ ਇਤਿਹਾਦ ਗਰੁੱਪ ਨੇ ਦੋਵਾਂ ਨੇ ਮਿਲ ਕੇ ਕੀਤੀ ਹੈ ਚੰਦ ਕੋਸ਼ ਅਰਸਾ ਹੀ ਗੁਜ਼ਰਿਆ ਤੇ ਜਿਹੜੇ ਇਤਿਹਾਦ ਗਰੁੱਪ ਦੇ ਪੰਜ ਜਿੱਤੇ ਸਨ ਉਹਨਾਂ ਇੱਕ ਦੋ ਮੀਟਿੰਗਾਂ 'ਚ ਉਹਨਾਂ ਇਖਤਲਾਫਾਤ ਕੀਤੇ ਉਹਦੇ ਤੋਂ ਬਾਅਦ ਉਹ ਵੀ ਇਸੇ ਕਰਪਸ਼ਨ ਦਾ ਹਿਸਾਬ ਬਣ ਗਏ ਔਰ ਫਿਰ ਇਹਨਾਂ ਦੇ ਵਿੱਚੋਂ ਕਿਸੇ ਬੰਦੇ ਕੋਈ ਲਿਆਜ਼ ਨਹੀਂ ਕੀਤਾ ਔਰ ਅਗਰ ਤੁਸੀਂ ਇਹ ਮੈਨੂੰ ਇਹਦੇ 'ਚ ਕੋਈ ਬੁਰਾਈ ਨਹੀਂ ਕਿ ਮੈਂ ਵਾਅਦਾ ਕਰਾਂ ਕਿ ਅਸੀਂ ਅਗਰ ਗਿਣੀ ਅਕਾਊਂਟ ਕਰੀਏ ਕਿ ਮੈਂਬਰਾਂ ਦੇ ਵਿੱਚੋਂ ਸਭ ਤੋਂ ਕਰਪਟ ਔਰ ਜਿਨ੍ਹਾਂ ਨੁਕਸਾਨ ਡੀਸੀ ਕਲੋਨੀ ਨੂੰ ਆਤਫ ਜੀ ਮੇਂ ਔਰ ਰਾਣੇ ਨਦੀਮ ਨੇ ਬਚਾਇਆ ਉਹ ਕਿਸੇ ਬੰਦੇ ਨਹੀਂ ਬਚਾਇਆ ਜਿੰਨੀਆਂ ਵੱਧ ਤਰੀਨ ਡੀਲਾਂ ਔਰ ਜਿੰਨੇ ਇਹਨਾਂ ਟੋਏ ਖਰੀਦੇ ਔਰ ਇਹ ਜ਼ਮੀਨਾਂ ਜਿਹੜੀਆਂ ਨੇ ਸੋਸਾਇਟੀ ਤੋਂ 15 20 ਕਿਲੋਮੀਟਰ ਦੂਰ ਲੈ ਗਏ ਜਿਹੜੇ ਕਿ ਤਾਂ ਕਿਆਮਤ ਤੱਕ ਉਹ ਡੀਸੀ ਕਰਨ ਦੀ ਐਕਸਟੈਂਸ਼ਨ 3 ਦਾ ਹਿੱਸਾ ਨਹੀਂ ਬਣ ਸਕਦੇ ਉਹਨਾਂ ਇਲਾਕਿਆਂ ਤੇ ਜਾ ਕੇ ਨਾ ਜਗ੍ਹਾ ਖਰੀਦੀਆਂ ਉਹਦੇ ਵਿੱਚ ਸਰਕਾਰੀ ਗਵਰਨਮੈਂਟ ਦੇ ਹਾਈਵੇ ਤੇ ਰੋਡ ਆਉਂਦੇ ਨੇ ਫਿਰ ਵਿੱਚ ਕਿੰਨੇ ਪਿੰਡੇ ਨੇ ਉਹਨਾਂ ਤੋਂ ਜਦ ਦੂਰ ਜਾ ਕੇ ਜਗ੍ਹਾ ਲਈ ਜਿਹੜੇ ਕਿ ਕਦੀ ਵੀ ਉਹਦਾ ਹਿਸਾਬ ਬਾਨੀ ਨਹੀਂ ਸਕਦੀ ਇੱਕ ਸਾਡੀ 3 ਜਿਹੜੀ ਹੈ ਉਹ ਅਲੀਪੁਰ ਰੋਡ ਦੇ ਉੱਤੇ ਵੇ ਤੇ ਇਹਨਾਂ ਜਗ੍ਹਾ ਜਾ ਕੇ ਖਖੜ ਕੇ ਤੋਂ ਖਰੀਦ ਲਈ ਲਕਸ਼ਮੀਪੁਰ ਖਰੀਦ ਲਈ ਜਿਹੜੀਆਂ ਕਿ 15 15 20 20 ਕਿਲੋਮੀਟਰ ਦੂਰ ਨੇ ਜਿਹੜੀ ਕਦੀ ਕੋਈ ਨਹੀਂ ਬਾਨੀ ਨਹੀਂ ਸਕਦੀ ਔਰ ਇਹ ਦੇ ਵਿੱਚ ਡਾਕਟਰ ਸਾਹਿਬ ਸਭ ਤੋਂ ਵੱਡਾ ਜ਼ੁਲਮ ਹੈ ਵੇ ਮੈਂ ਇਹ ਸਮਝਣਾ ਕਿ ਕੋਈ ਬੰਦਾ ਐਸਾ ਜਿਹੜਾ ਇੱਕ ਦਰਮਿਆਨੇ ਤਬਕੇ ਦਾ ਗਰੀਬ ਆਦਮੀ ਹੈ ਉਹਦੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ 18 20 ਲੱਖੇ ਉਹਨੇ 10 ਮਰਲੇ ਦੀ ਫਾਈਲ ਇਹ ਸੋਚ ਕੇ ਲੈ ਲਈਏ ਕਿ ਭਈ ਮੇਰੀਆਂ ਬੇਟੀਆਂ ਜਵਾਨ ਹੋਣਗੀਆਂ ਤੇ ਮੈਂ ਇਹ ਪਲਾਟ ਵੇਚ ਕੇ ਤੇ ਉਹਨਾਂ ਨੂੰ ਵਿਆਹ ਲਾਂਗਾ ਉਸ ਵਿਚਾਰੇ ਨੂੰ ساری ਜ਼ਿੰਦਗੀ ਉਥੋਂ ਪਲਾਟ ਨਹੀਂ ਮਿਲੇਗਾ ਕਿਉਂ ਕਿ ਇਹਨਾਂ 1800 ਫਾਈਲਾਂ ਐਸੀਆਂ ਸੇਲ ਕਰ ਦਿੱਤੀਆਂ ਨੇ ਜਿਨ੍ਹਾਂ ਦਾ ਰਿਕਾਰਡ ਮੌਜੂਦ ਜਿਦ ਤੇ ਕਿ ਜਗ੍ਹਾ ਹੀ ਕੋਈ ਨਹੀਂ ਜਗ੍ਹਾ ਕੋਈ ਨਹੀਂ ਪਲਾਟਾਂ ਉੱਤੇ ਫਾਈਲਾਂ ਵੇਚ ਦਿੱਤੀਆਂ ਨੇ ਉਹ 10 ਸਾਲ ਬਾਅਦ ਜਦੋਂ ਲੋਕ ਆਉਣਗੇ ਉਹਨਾਂ ਵਿਚਾਰੇ ਨੂੰ ਉੱਥੇ ਪਲਾਟ ਹੀ ਨਹੀਂ ਹੋਵੇਗਾ ਔਰ ਫਿਰ ਉਹ ਅਦਾਲਤਾਂ ਦੇ ਔਰ ਕੋਰਟਾਂ ਦੇ ਵਿੱਚ ਉਹ ਚੱਕਰ ਲਾਨਗੇ ਔਰ ਉਹ ਖੱਜਲ ਹੋਣਗੇ ਖਰਾਬ ਹੋਣਗੇ ਲੇਕਿਨ ਉਹਨਾਂ ਨੂੰ ਉਹਦਾ ਹਾਸਲ ਕੁਛ ਨਹੀਂ ਹੋਵੇਗਾ ਉਹ ਆਪਣੇ ਪੈਸੇ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਉਹ ਗਵਾ ਚੁੱਕੇ ਹੋਣਗੇ ਬਲਕਿ ਗਵਾ ਬੈਠੇ ਨੇ ਕਿ ਗਵਾ ਬੈਠੇ ਜੀ ਅੱਛਾ ਢਾਰ ਸਾਹਿਬ ਇਹ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਹੈ ਤੁਸੀਂ ਜਾਣਦੇ ਹੋ ਮਾਸ਼ਾਅੱਲਾ ਇਹ ਸਾਰੀਆਂ ਗੱਲਾਂ ਹਨ ਜੀ ਤੇ ਕਿਹਾ ਤੁਸੀਂ ਆਇਆ ਤੁਹਾਡੇ ਗਰੁੱਪ ਵਿੱਚ ਹੁਣ ਜਿਹੜੇ ਦੋਸਤ ਖੜੇ ਨੇ ਜਾਂ ਉਹ ਲੋਕ ਸਾਰੇ ਤੁਹਾਡੇ ਸਾਥੀ ਜਿਹੜੇ ਰੋਜ਼ ਅਵਲ ਤੋਂ ਪਹਿਲੇ ਦਿਨ ਤੋਂ ਇਹਨਾਂ ਦੀ ਕ੍ਰਪਸ਼ਨ ਦੇ ਖਿਲਾਫ ਟੁਰੇ ਨੇ ਹੁਣ ਵੀ ਪਾਸਬਾਨ ਗਰੁੱਪ ਜਿਹਦੇ ਹੁਣ ਵੀ ਤੁਸੀਂ ਰਹਨਮਾਓ ਉਹਨਾਂ ਦਾ ਇਹੋ ਹੀ ਅੱਖ ਨਾ ਤੁਹਾਡਾ ਇਹੋ ਹੀ ਦਾਵਾ ਹੈ ਕਿ ਅਸੀਂ ਕ腐ਸ਼ਨ ਦੇ ਖਿਲਾਫ ਟੁਰੇ ਹਾਂ ਅਸੀਂ ਕ腐ਸ਼ਨ ਤੇ ਇਹ ਜਿਹੜੀਆਂ ਪਹਿਲੇ ਕ腐ਸ਼ਨਾਂ ਹੋ ਗਈਆਂ ਨੇ ਇਹਦੇ ਖਿਲਾਫ ਤੁਸੀਂ ਕੋਈ ਚਾਰਾ ਜੋਈ ਕੀਤੀ ਕਿਸੇ ਅਦਾਲਤ ਜੀਆਂ ਕੋਆਪਰੇਟਿਵ ਦੇ ਮਹਿਕਮੇ ਜੀਆਂ ਜਿਹੜੇ ਲੋਕਾਂ ਦੇ 1800 ਫੈਲਾ ਵਿਕੀਆਂ ਨੇ 1800 ਬੰਦਿਆਂ ਨਾਲ ਜਿਹੜਾ ਫਰਾਡ ਹੋ ਚੁੱਕਿਆ ਉਹ ਤੁਸੀਂ ਕਿਸੇ ਪਲੇਟਫਾਰਮ ਤੇ ਲਿਆਂਦਾ 15 ਰਿਆਂ ਤੇ ਡਾਕਟਰ ਸਾਹਿਬ ਇਹਦੇ ਵਿੱਚ ਸਾਡੇ ਕੋਲ ਅੱਜ ਤੋਂ ਕੋ ਡੇਢ ਸਾਲ ਪਹਿਲੇ ਇਮਤੀਆਜ਼ ਸਾਈਹ ਸਾਹਿਬ ਦੀ ਐਂਟਰੀ ਹੋਈ ਸਾਡੇ ਚੰਦ ਦੋਸਤ ਨੇ ਜਿਨ੍ਹਾਂ ਇਮਤੀਆਜ਼ ਸਾਈਹ ਨੂੰ ਮੁਤਾਰਫ ਕਰਾਇਆ ਔਰ ਉਹਨੇ ਕਹਾ ਕੇ ਜੀ ਮੈਨੂੰ ਇਹ ਬੜੀ ਤਕਲੀਫ ਹੈ ਕਿ ਆਤਫ ਜੀਵਾ ਕਰਪਸ਼ਨ ਬੇ ਕਰਦਾ ਹੈ ਇਹ ਲੁੱਟਦਾ ਹੈ ਡੀਸੀ ਕਲੋਨੀ ਨੂੰ ਔਰ ਮੈਂ ਤੁਹਾਡੇ ਨਾਲ ਤੁਹਾਡਾ ਸਾਥੀ ਬਣਾਗਾ ਔਰ ਇਹਨਾਂ ਦੀ ਅਸੀਂ ਕਰਪਸ਼ਨ ਬੇ ਨਕਾਬ ਕਰਾਂਗੇ ਜੀ ਉਹਨਾਂ ਡਾਕਟਰ ਸਾਹਿਬ ਮੇਰੇ ਨਾਲ ਮਿਲ ਕੇ ਉਹਨਾਂ 22 ਕੇਸ ਕੀਤੇ ਮੁxtਲਫ ਆਪਣੇ ਮਤਲਬ ਆਪਣੇ ਨਾਮ ਤੋਂ ਆਪਣੇ ਇੱਕ ਭਤੀਜੇ ਦੇ ਨਾਮ ਤੋਂ ਉਹਨਾਂ ਕੇਸ ਕੀਤੇ ਆਤਫ ਚੀਮੇ ਦੀ ਕਰਪਸ਼ਨ ਦੇ ਖਿਲਾਫ ਔਰ ਉਹ ਬਾਰਹਾ ਉਹਨਾਂ ਕਿਆ ਹਲਫ ਨੇ ਗੱਲਾਂ ਕੀਤੀਆਂ ਕਿ ਅਸੀਂ ਕਿਸੇ ਸੂਰਤ ਹੋਰ ਦੇ ਨਾਲ ਨਹੀਂ ਜਾਵਾਂਗੇ ਕਿਸੇ ਸੂਰਤ ਦੇ ਵਿੱਚ ਉਹਨਾਂ ਦੇ ਨਾਲ ਨਹੀਂ ਮਿਲਾਂਗੇ ਅਸੀਂ ਕਰਪਸ਼ਨ ਦੀ ਮੁਖਾਲਫਤ ਕਰਾਂਗੇ ਅਸੀਂ ਇਹਨਾਂ ਦੇ ਵਿੱਚੋਂ ਸਾਰੀ ਰਿਕਵਰੀ ਕਰਾਵਾਂਗੇ ਅਸੀਂ ਉਹਨਾਂ ਦੇ ਉੱਤੇ ਇਤਮਾਦ ਕੀਤਾ ਲੇਕਿਨ ਅਖੀਰ ਜਦੋਂ ਇਹ ਤੇ ਸਾਡੇ ਕੋਲ ਇਲੈਕਸ਼ਨ ਦਾ ਦੌਰ ਦੌਰ ਆਇਆ ਜਦੋਂ ਉਹਨਾਂ ਦੇ ਭਾਈ ਮੁਸਤਨ ਸਰ ਸਾਈਹ ਸਾਹਿਬ ਵਿੱਚ ਆਏ ਔਰ ਉਹਨਾਂ ਕਈ ਦਫਾਏ ਸਾਨੂੰ ਬੰਦਿਆਂ ਦੇ ਵਿੱਚ ਦੋਸਤਾਂ ਦੇ ਵਿੱਚ ਬਹਿ ਕੇ ਵੀ ਕਿਹਾ ਕਿ ਡੀਸੀ ਕਲੋਨੀ ਦਾ ਇਸ਼ੂ ਕਰਪਸ਼ਨ ਨਹੀਂ ਹਾਂ ਜਦ ਕਿ ਮੈਂ ਉਹਨਾਂ ਨੂੰ ਬਾਰ ਬਾਰ ਕਹਾਂਗਾ ਜੀ ਸਾਡਾ ਸਭ ਤੋਂ ਵੱਡਾ ਇਸ਼ੂ ਹੀ ਕਰਪਸ਼ਨ ਹੈ ਸਾਡੇ ਪਾਕਿਸਤਾਨ ਦੀ ਬਦ ਕਿਸਮਤ ਹੀ ਜੜੀ ਹੈ ਉਹ ਕਰਪਸ਼ਨ ਦੇ ਨਾਲ ਹੈ ਕਿ ਸਾਡਾ ਜਿਹੜੀ ਤਰੱਕੀ ਅਸੀਂ ਨਹੀਂ ਕਰ ਸਕਦੇ ਸਾਡੀ ਸੋਸਾਇਟੀ ਵੀ ਨਹੀਂ ਕਰ ਸਕਦੀ ਉਹਦਾ ਇਸ਼ੂ ਹੀ ਕਰਪਸ਼ਨ ਹੈ ਔਰ ਸਾਈਹ ਸਾਹਿਬ ਨੇ ਕਿਹਾ ਕਿ ਨਹੀਂ ਅਸੀਂ ਜਿਹੜਾ ਵੇ ਇੱਥੇ ਅਸੀਂ ਆਪਣਾ ਪੈਸਾ ਲਾਣ ਨਹੀਂ ਆਏ ਇੱਥੇ ਤੇ ਲੋਕ ਪੈਸਾ ਬਣਾਣ ਆਉਂਦੇ ਨੇ ਜਦੋਂ ਕਿ ਸਾਨੂੰ ਸਾਡੇ ਨਾਲ ਉਹਨਾਂ ਦੇ ਭਾਈ ਜਿਹੜੇ ਸਾਨੂੰ ਕਮਿਟਮੈਂਟਾਂ ਕਰ ਚੁੱਕੇ ਸਨ ਹਲਫਾਂ ਨੇ ਗੱਲ ਕਰ ਚੁੱਕੇ ਹਨ ਮੈਂ ਕਰਪਸ਼ਨ ਦੀ ਮੁਖਾਲਫਤ ਕਰਾਂਗਾ ਅਖੀਰ ਜਨਾਬ ਅਸੀਂ ਉਹਨਾਂ ਉਹਨਾਂ ਮਾਮਲੇ ਸ਼ੁਰੂ ਕਰ ਦਿੱਤੇ ਆਤਫ ਜੀ ਮੇਦੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਸ਼ੁਰੂ ਹੋ ਗਈਆਂ ਉਹਨਾਂ ਦੀਆਂ ਡੀਲਾਂ ਸ਼ੁਰੂ ਹੋ ਗਈਆਂ ਉਹਨਾਂ ਉਹਨਾਂ ਨੂੰ ਲਾਲਚ ਦਿੱਤਾ ਕਿ ਜਨਾਬ ਅਸੀਂ ਅਸੀਂ ਦੋਵੇਂ ਹਿੱਸੇਦਾਰ ਬਣਾਂਗੇ ਔਰ ਅਸੀਂ ਨਾਲ ਮਿਲ ਕੇ ਕਰਪਸ਼ਨ ਕਰਨੇ ਆ ਸਾਡੇ ਦੇ ਡਾਕਟਰ ਸਾਹਿਬ ਦੇਖੋ ਅਸੀਂ ਤੇ ਕਿਸੇ ਨੂੰ ਇੱਜ਼ਤ ਦੇ ਸਕਦੇ ਹਾਂ ਅਸੀਂ ਕਿਸੇ ਨੂੰ ਆਨਰ ਦੇ ਸਕਦੇ ਸਾਂ ਅਸੀਂ ਤੇ ਕਿਸੇ ਨੂੰ ਪਲਾਟ ਨਹੀਂ ਦੇ ਸਕਦੇ ਕਿਉਂ ਕਿ ਅਸੀਂ ਤੇ ਬਾਜ਼ਾਤੇ ਖੁਦ ਇੱਕ ਜਹਾਦ ਦਾ ਅਲਮ ਚੁੱਕਿਆ ਸੀ ਵਾਹ ਤੇ ਉਹਨਾਂ ਜਨਾਬ ਉਹਨਾਂ ਦੇ ਨਾਲ ਮਿਲ ਕੇ ਫਿਰ ਸਾਈ ਸਾਹਿਬ ਉਧਰ ਚਲੇ ਗਏ ਉਸ ਤੋਂ ਬਾਅਦ ਜਨਾਬ ਤੁਹਾਡੇ ਵੀ ਸ਼ਾਇਦ ਤੁਸੀਂ ਸੁਣਨੇ ਚ ਆਇਆ ਹੋਵੇਗਾ ਕਿ ਇਹਨਾਂ ਇੱਕ ਰਾਣਾ ਬਰਾਦਰਾਂ ਦਾ ਇੱਕ ਬੜਾ ਪੁਰਾਣਾ ਕੇਸ ਹੈ ਜਿਨ੍ਹਾਂ ਦੇ ਨਾਲ ਇਹਨਾਂ ਡੀਲ ਕੀਤੀ ਕਿ ਸੋਸਾਇਟੀ ਦੀ ਇੱਕ ਮੇਨ ਉਹਨਾਂ ਕਮਰਸ਼ੀਅਲ ਮਾਰਕੀਟ ਉਹਨਾਂ ਦੇਈ ਤੀ ਜਿਹਦੀ ਕਿ ਅਸਲ ਕੀਮਤ 5.5 ਅਰਬ ਹੈ ਜਦ ਕਿ ਰਾਣਾ ਸਾਹਿਬ ਦੇ ਨਾਲ ਡੀਲ 2 ਅਰਬ ਦੀ ਹੈ ਉਹ 3.5 ਅਰਬ ਦੇ ਵਿੱਚ ਜਿਹੜਾ ਕਿ ਉਹਦੇ ਕਿੱਕ ਬੈਕਸ ਨੇ ਉਹਦੇ ਵਿੱਚ ਪੂਰੀ ਟੀਮ ਸ਼ਾਮਲ ਹੈ ਕੋਈ ਬੰਦਾ ਐਸਾ ਨਹੀਂ ਸ਼ਾਇਦ ਕੋਈ ਇੱਕ ਅੱਧੇ ਦੋਸਤ ਐਸੇ ਹੋਣਗੇ ਕਿ ਜਿਨ੍ਹਾਂ ਸਟਾਰਟ ਤੋਂ ਵੀ ਕ腐ਸ਼ਨ ਨਹੀਂ ਕੀਤੀ ਔਰ ਉਹਨਾਂ ਇਹਦੇ ਵਿੱਚ ਕੋਈ ਐਸਾ ਕਿੱਕ ਬੈਕਸ ਨਹੀਂ ਲਿਆ ਮੋਸਟਲੀ ਅਕਸਰੀਅਤ ਦੇ ਵਿੱਚ ਇਹਨਾਂ ਸਾਰਿਆਂ ਉਸ ਉਹਨਾਂ ਮਿੰਟਸ ਦੇ ਉੱਤੇ ਸਾਈਨ ਕਰਨ ਦੇ 60 60 70 70 ਲੱਖ ਰੁਪਏ ਕੈਸ਼ ਪਲੱਸ ਇਹਨਾਂ ਚਾਰ ਚਾਰ ਬੁੱਕਾਂ ਉਨ ਫਾਈਲਾਂ ਲਈਆਂ ਨੇ ਪਲਾਟ ਲਏ ਨੇ ਔਰ ਇਹਨਾਂ ਡੀਸੀ ਕਲੋਨੀ ਨੂੰ ਸਾਢੇ 3 ਅਰਬ ਰੁਪਏ ਦਾ ਨੁਕਸਾਨ ਪਹੁੰਚਾਇਆ ਜਿਹਦੇ ਵਿੱਚ ਜਿਹੜਾ ਵੇ ਉਹ ਰਾਣਾ ਨਦੀਮ ਔਰ ਚونکہ ਉਹ ਰਾਣਾ ਇਹ ਸ਼ੁਰੂ ਤੋਂ ਇਸ ਕੋਸ਼ਿਸ਼ ਦੇ ਵਿੱਚ ਸੀ ਕਿ ਰਾਣਾ ਬਰਾਦਰਾਂ ਦੇ ਨਾਲ ਕੇਸ ਦੀ ਡੀਲ ਜਿਹੜੀ ਹੈ ਉਹ ਮੇਰੇ ਜ਼ਰੀਏ ਹੋਵੇ ਔਰ ਉਹਦੇ ਵਿੱਚ ਮੇਨ ਕਿਰਦਾਰ ਰਾਣੇ ਨਦੀਮ ਦਾ ਵੇ ਔਰ ਉਹਦੀ وجہ ਤੋਂ ਹੀ ਸਾਰੇ ਲੋਕਾਂ ਨੇ ਡੀਸੀ ਕਲੋਨੀ ਨੂੰ ਸਾਢੇ 3 ਅਰਬ ਰੁਪਏ ਦਾ ਨੁਕਸਾਨ ਪਹੁੰਚਾਇਆ ਅੱਛਾ ਢਾਰ ਸਾਹਿਬ ਜਿਹੜੀ ਸਾਢੇ 3 ਅਰਬ ਦੀ ਤੁਸੀਂ ਕਰਪਸ਼ਨ ਦੱਸ ਰਹੇ ਹੋ ਇੱਕ ਮਾਰਕੀਟ ਦੇ ਵੇਚਣ ਵਾਲੀ ਸਿਰਫ ਤੇ ਬਾਕੀ ਵੀ ਤੁਸੀਂ ਕਰੋੜਾਂ ਅਰਬਾਂ ਦੀਆਂ ਕਰਪਸ਼ਨਾਂ ਦੱਸ ਦਿਓ ਕਿਹ ਇਹ ਸਾਰੇ ਇਲਜ਼ਾਮ ਤੁਸੀਂ ਲਾਉਂਦੇ ਹੋ ਆਪਣੇ ਮਹਾਲਫ ਗਰੁੱਪਾਂ ਦੇ ਕਿ ਇਹਨਾਂ ਦੇ ਚੀਜ਼ਾਂ ਦੇ ਤੁਹਾਡੇ ਕੋਲ ਸਬੂਤ ਵੀ ਹੈ ਜੀ ਇਹਨਾਂ ਦੇ ਬਿਲਕੁਲ ਸਾਰੇ ਸਬੂਤ ਹੈ ਨੇ ਇਹ ਬਕਾਇਦਾ ਰਿਕਾਰਡ ਦੇ ਉੱਤੇ ਵੇ ਇਹਦਾ ਰੋਏਦੇ ਉੱਤੇ ਇੱਕ 우ਮਰ ਫਰੂਕ ਗੋਂਦਲ ਸਾਹਿਬ ਨੇ ਸੈਕਟਰੀ ਦੇ ਕੋਲ ਕੇਸ ਵੀ ਚੱਲ ਰਿਹਾ ਵੇ ਅਸੀਂ ਕੱਤੇ ਹੀ ਤੌਰ ਦੇ ਉੱਤੇ ਰਾਣਾ ਬਰਾਦਰਾਂ ਦੇ ਮਾਮਲੇ ਦੇ ਖਿਲਾਫ ਨੇ ਅਸੀਂ ਕਹਿੰਨੇ ਆ ਕਿ ਬਿਲਕੁਲ ਉਹਨਾਂ ਨੂੰ ਉਹਨਾਂ ਦਾ ਹੱਕ ਜ਼ਰੂਰ ਮਿਲਣਾ ਚਾਹੀਦਾ ਔਰ ਖਾਸੂਰਤ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਕੋਲ ਅਗਰ ਜ਼ਮੀਨ ਅਸਾਂ ਖਰੀਦੀ ਹੈ ਲਈਏ ਤਾਂ ਉਹਦੇ ਬਦਲੇ ਉਹਨਾਂ ਨੂੰ ਉਹਨਾਂ ਦੀ ਰਕਮ ਮਿਲਣੀ ਚਾਹੀਦੀ ਹੈ ਔਰ ਜਿਹੜੇ ਇਸ ਮਾਮਲੇ ਦੀ ਵਜ੍ਹਾ ਤੋਂ ਲੋਕ ਪਰੇਸ਼ਾਨ ਨੇ ਸ਼ਾਇਦ ਉਹ ਅਸੀਂ ਦੇ ਆਰਾਊਂਡ ਮੈਂਬਰਾਂ ਨੇ ਉਹਨਾਂ ਨੂੰ ਵੀ ਉਹਨਾਂ ਦਾ ਹੱਕ ਫੌਰੀ ਮਿਲਣਾ ਚਾਹੀਦਾ ਤਾਂ ਕਿ ਉਹ ਆਪਣੇ ਘਰ ਬਣਾ ਸਕਣ ਉਹਨਾਂ ਵਿਚਾਰੇ ਦਾ ਕੀ ਕਸੂਰ ਹੈ ਕਿ ਉਹ ਸਾਡੇ ਮਾਮਲਾਤ ਦੀ ਵਹਿਤੋਂ ਇਹਨਾਂ ਕਰਪਟ ਰਜਿਮਾਂ ਦੀ ਵਹਿਤੋਂ ਉਹ ਲੋਕ ਸਫਰ ਕਿਉਂ ਕਰਨ ਉਹਨਾਂ ਨੂੰ ਉਹਦੇ ਹੱਕ ਮਿਲਨੇ ਚਾਹੀਦੇ ਨੇ ਲੇਕਿਨ ਸਾਡੀ ਬਦ ਕਿਸਮਤੀ ਹੈ ਵੇ ਕਲੋਨੀ ਦੀ ਕਿ ਇਹਨਾਂ ਦੇਖੋ ਇਹਨਾਂ ਇਹਨਾਂ ਇੱਕ ਸਿਆਸੀ ਗੇਮ ਖੇਡੀ ਹੈ ਇਹ ਇਲੈਕਸ਼ਨ ਦੇ ਫੌਰੀ ਕਰੀਬ ਇਹਨਾਂ ਉਸ ਮਾਮਲੇ ਨੂੰ ਹੱਲ ਕੀਤਾ ਵੇ ਉਹਨਾਂ ਲੋਕਾਂ ਦੀ ਸਪੋਰਟ ਲੈਣ ਵਾਸਤੇ ਲੇਕਿਨ ਉਹਨੂੰ ਹੱਲ ਇਸ ਤਰ੍ਹਾਂ ਕੀਤਾ ਵੇ ਕਿ ਉਹ ਰਾਣਾ ਸਾਹਿਬ ਨੂੰ 2 ਅਰਬ ਦੇ ਕੇ 3.5 ਅਰਬ ਰੁਪਈਆ ਇਹ ਆਬ ਖਾ ਗਏ ਨੇ ਉਹਦੇ ਵਿੱਚ ਇਹ ਇਮਤੀਆਜ਼ ਸਾਈ ਸਾਹਿਬ ਉਹਨਾਂ ਦੇ ਵਿੱਚ ਸ਼ਾਮਲ ਨੇ ਇਹਦੇ ਵਿੱਚ ਡਾਕਟਰ ਸਾਹਿਬ ਤੇ ਤੁਹਾਡੇ ਨਾਲ ਇੱਕ ਜ਼ਿਕਰ ਕਰਦਾ ਜਾਵਾਂ ਕਿ ਜਦੋਂ ਅਸੀਂ ਲੋਕ ਇਹ ਮੁਹਫਿਜ਼ ਗਰੁੱਪ ਦੀ ਕੋਰ ਕਮੇਟੀ ਜਦੋਂ ਸਾਈ ਸਾਹਿਬ ਨੂੰ ਇਸ ਨਾਲ ਲੈ ਰਹੀ ਸੀ ਮਲਾ ਰਹੀ ਸੀ ਸਜ਼ਦਾਰਤ ਦਾ ਐਲਾਨ ਕਰ ਰਹੀ ਸੀ ਸਾਡੇ ਸਿਰਫ ਇਹਨਾਂ ਚੋ ਇੱਕੋ ਹੀ ਸਾਡੇ ਜਿਹੜੇ ਰਾਨਮਾਸ ਸੰ ਸਰਪ੍ਰਸਤ ਸੰ ਜਨਾਬ ਰਾਣਾ ਨੈਮੁਰੇ ਮਾਨ ਸਾਹਿਬ ਉਹਨਾਂ ਇਸ ਗੱਲ ਦੀ ਬੜੀ ਮੁਖਾਲਫਤ ਕੀਤੀ ਉਹਨਾਂ ਸਾਨੂੰ ਇਹ ਬਾਹਰ ਹਕਿਆ ਕਿ ਇਹ ਬੰਦਾ ਜਿਹੜਾ ਸਾਊਥ ਅਫਰੀਕਾ ਤੋਂ ਵੀ ਫਰਾਡ ਕਰਕੇ ਆਇਆ ਮੈਨੂੰ ਇਹਨਾਂ ਦੀ ਸਾਰੀ ਹਿਸਟਰੀ ਦਾ ਪਤਾ ਹੈ ਇਹ ਸਾਰਾ ਖਾਨਦਾਨ ਫਰਾਡੀਆਂ ਦਾ ਹੈ ਲੇਕਿਨ ਅਸੀਂ ਸ਼ਾਇਦ ਸਾਨੂੰ ਸਾਡੀ ਉਸਲੇ ਗਲਤੀ ਸੀ ਕਿ ਅਸੀਂ ਇਹ ਸਮਝਦੇ ਰਹੇ ਕਿ ਅਸੀਂ ਚੂਕ ਸਾਰੇ 200 ਉਹਨਾਂ ਨੂੰ ਬਣਾਉਣਾ ਚਾਹੁੰਦੇ ਆ ਇਨਾ ਸਾਡੇ ਦੇਖੋ ਸਾਡੀ ਬਹਾਸੀयत ਮੁਸਲਮਾਨ ਇੱਕ ਸਾਡੀ ਮਜਬੂਰੀ ਬਣ ਜਾਂਦੀ ਏ ਕਿ ਜਦੋਂ ਇੱਕ ਬੰਦਾ ਕੁਰਾਨ ਦੇ ਉੱਤੇ ਹਲਫ਼ ਦੇ ਦੇ ਕਿ ਮੈਂ ਕਰਪਸ਼ਨ ਦੇ ਖਿਲਾਫ ਹਾਂ ਚੋਂ ਕਿ ਸਾਡਾ ਅਜੰਡਾ ਹੀ ਇਹ ਹੁੰਦਾ ਕਰਪਸ਼ਨ ਦੇ ਖਿਲਾਫ ਸਾਨੂੰ ਫਿਰ ਜਿਹੜਾ ਕੋ ਸਾਥੀ ਉਹ ਜੇ ਮਿਲਦਾ ਕੋ ਛਾਨਬੀਨ ਕਰਨੇ ਅਖੀਰ ਐਂਡ ਉਹਦੇ ਉੱਤੇ ਹੀ ਜਾਂਦਾ ਕਿ ਜਦੋਂ ਇੱਕ ਬੰਦਾ ਤੁਹਾਨੂੰ ਕੁਰਾਨ ਦੇ ਉੱਤੇ ਹਲਫ਼ ਦੇ ਦਿੰਦਾ ਤੇ ਫਿਰ ਤੁਹਾਨੂੰ ਉੱਤੇ ਯਕੀਨ ਕਰਨਾ ਕਿ ਬਦਗੁਮਾਨ ਮੁਸਲਮਾਨ ਨੂੰ ਨਹੀਂ ਹੋਣਾ ਚਾਹੀਦਾ ਆਪਣੇ ਮੁਸਲਮਾਨ ਪ੍ਰਾਤ ਜਦ ਕਿ ਸਾਨੂੰ ਰਾਣਾ ਸਾਹਿਬ ਨੇ ਬਾਰ ਬਾਰ ਕਿਹਾ ਕਿ ਮੇਰੇ ਮੇਰੇ ਕੋਲ ਇਹਨਾਂ ਦੇ ਸਬੂਤ ਨੇ ਮੈਂ ਇਸ ਫੈਮਲੀ ਨੂੰ ਜਾਣਨਾ ਇਫਰਾਦੀ ਔਰ ਮੁਫਤਬਰ ਨੇ ਲੇਕਿਨ ਉਹਨਾਂ ਵਾਕਈ ਹੀ ਰਾਣਾ ਸਾਹਿਬ ਦੀ ਗੱਲ ਨੂੰ ਸੱਚਿਆਂ ਕੀਤਾ ਉਹਨਾਂ ਨੇ ਸਾਬਤ ਕੀਤਾ ਉਹਨਾਂ ਲਾਲਚ ਵਾਸਤੇ ਔਰ ਕ੍ਰਪਸ਼ਨ ਵਾਸਤੇ ਜਦੋਂ ਨਾ ਸਾਡੇ ਮੋਢਿਆਂ ਦੇ ਉੱਤੇ ਬਹਿ ਕੇ ਉਹਨਾਂ ਆਪਣੇ ਆਪ ਨੂੰ ਰਿਸਾਲਟ 1.5 ਸਾਲ ਦੇ ਜਿੰਟਰਡਿਊਸ ਕਰਾ ਲਿਆ ਜਦੋਂ ਮੌਕਾ ਆਇਆ ਵਾਕਈ ਉਹਨਾਂ ਦੇ ਕੋਲੋਂ ਹਿਸਾਬ ਲੈ ਆਂਦਾ ਉਹ ਉਹਨਾਂ ਕੋਲੋਂ ਹਿਸਾਬ ਲੈਣ ਦੀ ਬਜਾਏ ਇਹ ਕ੍ਰਪਸ਼ਨ ਦੇ ਨਾਲ ਮਿਲ ਗਏ ਇਹ ਦੂਸਰੇ ਹਿਸਾਬ ਵਿੱਚ ਉਹਨਾਂ ਦੀ ਤਰਫ ਚਲੇ ਗਏ ਔਰ ਜਿਹੜੇ ਤੁਹਾਡੇ ਕਹਿਣ ਦਾ ਮਤਲਬ ਹੈ ਵੇ ਕਿ ਤੁਹਾਡੇ ਮੋਢਿਆਂ ਤੇ ਚੜ ਕੇ ਉਹਨਾਂ ਇੱਕ ਪ੍ਰੈਸ਼ਰ ਗਰੁੱਪ ਬਣਾਇਆ ਪ੍ਰੈਸ਼ਰ ਡਿਵੈਲਪ ਕੀਤਾ ਤੇ ਜਦੋਂ ਉਹਦਾ ਮੁੱਲ ਪਿਆ ਤਾਂ ਤੁਹਾਨੂੰ ਸਾਰੇ ਜਿੰਨੇ شریف ਆਦਮੀ ਸਨ ਪਿਛਾਂ ਛੱਟ ਕੇ ਤੇ ਫੇਰ ਉਸੇ ਹੀ ਗਰੁੱਪ ਨਾਲ ਜਾ ਰਹੇ ਜਿਹਨੂੰ ਸਾਰੀ ਉਮਰ ਦੇ ਉਹ ਕਰਪਟ ਕਹਿੰਦੇ ਆ ਦੇਖੋ ਮੈਂ ਕਹਿੰਦਾ ਇਨਸਾਨ ਕੈਸੀ ਮਰਦਾ ਜ਼ਮੀਰ ਦੀ ਇਹ ਨਿਸ਼ਾਨੀ ਹੈ ਕਿ ਉਹਨਾਂ ਦੇ ਖਿਲਾਫ 22 ਕੇਸ ਕਰਕੇ ਉਹਨਾਂ ਨੂੰ ਚੋਰ ਲੁਟੇਰਾ ਡਾਕੂ ਕਹਿ ਕੇ ਤੇ 1.5 ਸਾਲ ਬਾਅਦ ਜਾ ਕੇ ਉਹਨਾਂ ਦੇ ਗਰੁੱਪ ਵਿੱਚ ਸ਼ਾਮਲ ਹੋ ਗਏ ਮੈਂ ਕਤੈ ਹੀ ਨਹੀਂ ਕਹਿ ਸਕਦਾ ਕਿ ਉਹ ਠੀਕ ਹੋ ਗਏ ਮੈਂ ਕਹਿੰਨਾ ਨਹੀਂ ਇਹ ਵੀ ਐਸੇ ਜ਼ੇਹਨ ਦੇ ਨਾਲ ਆਏ ਸਨ ਇਹ ਇਹ ਵੀ ਪਤਾ ਹੈ ਕਿ ਇਥੇ ਡਕੇਤੀ ਕਰਨ ਨੂੰ ਲੁੱਟਣ ਆਏ ਸਨ ਇਹ ਆਪਣੇ ਅਸਲ ਗਰੁੱਪੇ ਚਲੇ ਗਏ ਸਾਨੂੰ ਨਹੀਂ ਸੀ ਪਤਾ ਕਿ ਇਹਨਾਂ ਦੇ ਅੰਦਰ ਨiyet ਦੇ ਅੰਦਰ ਕੀ ਹੈ ਇਹ ਨੀਤਾਂ ਦੇ ਰਾਜ਼ ਅੱਲਾਹ ਦੀ ਜ਼ਾਤ ਜਾਣਦੀ ਹੈ ਅਸੀਂ ਉਹਨਾਂ ਦੇ ਨਾਲ ਇਖਲਾਸ ਨਾਲ ਚੱਲੇ ਉਹਨਾਂ ਦੇ ਉੱਤੇ ਜਿਹੜੇ ਜਿਹੜਾ ਨਾ ਸਾਡੇ ਨਾਲ ਹਲਫਨ ਗੱਲ ਕੀਤੀ ਅਸੀਂ ਉਹਦੇ ਤੇ ਯਕੀਨ ਰੱਖਿਆ ਲੇਕਿਨ ਉਹ ਟੋਰ ਉਸੇ ਫਰਾਡ ਵਾਲੇ ਗਰੁੱਪੇ ਚ ਹੀ ਚਲੇ ਗਏ ਉਹ ਵੀ ਅਜਾ ਢਾਰ ਸਾਹਿਬ ਜਿਹੜੇ ਇਮਤੀਆਜ਼ ਸਾਈ ਸਾਹਿਬ ਇਹਨਾਂ ਦਾ ਨਾਮ ਹੈ ਜਿਹੜੇ ਯੂਨਿਟੀ ਗਰੁੱਪ ਵਿੱਚ ਉਨ ਗਏ ਨੇ ਜੀ ਇਮਤੀਆਜ਼ ਸਾਹਿਬ ਸਾਹਿਬ ਉਹਨਾਂ ਦੇ ਉਹਨਾਂ ਦੇ ਸਦਰ ਦੇ ਉਮੀਦਵਾਰ ਨੇ ਜੀ ਇਹਨਾਂ ਨੇ ਉਹਨਾਂ ਦੇ ਖਿਲਾਫ ਮਤਲਬ 22 ਕੇਸ ਕਰਪ ਬਾਈ ਕੇਸ ਕੀਤੇ ਕਰਪਸ਼ਨ ਦੇ ਤੇ ਉਹਨਾਂ ਕੇਸਾਂ ਦਾ ਕੀ ਬਣਿਆ ਉਹ ਵੀ ਹੋਣ ਫਿਰ ਸਾਈ ਸਾਹਿਬ ਚੁੱਕ ਲੈਣਗੇ ਸਾਰੇ ਉਹਨਾਂ ਸਾਰੇ ਵਿਡਰਾ ਕਰ ਲੇ ਦੇਖੋ ਜੀ ਜਿਹੜਾ ਉਹਨਾਂ ਏਜੀਐਮ ਕੀਤਾ ਸੀ ਏਜੀਐਮ ਦੇ ਖਿਲਾਫ ਮੇਰੇ ਨਾਲ ਮਿਲ ਕੇ ਉਹਨਾਂ ਸਟੇ ਲਿਆ ਵੈਲਟਿੰਗ ਦਾ ਉਹਨਾਂ ਸਟੇ ਲਿਆ ਬੈਲਟਿੰਗ ਦੇ ਵਿੱਚ ਉਹਨਾਂ ਦਾ ਮੋਕਫ ਹਿਆ ਸੀ ਕਿ ਇਹਨਾਂ ਸਾਰੇ ਪਲਾਟ ਆਪਣੇ ਰਿਸ਼ਤੇਦਾਰਾਂ ਨੂੰ ਦੋ ਨੰਬਰੀ ਨਾਲ ਦਿੱਤੇ ਨੇ ਉਹਨਾਂ ਸਾਰੀਆਂ ਉਹਨਾਂ ਦੀਆਂ ਦੋ ਨੰਬਰੀਆਂ ਇੱਕ ਨੰਬਰੇ 'ਚ ਬਦਲ ਗਈਆਂ ਉਹ ਐਵੇਂ ਨਹੀਂ ਬਦਲੀਆਂ ਉਹਦਾ ਇਹਨਾਂ ਬਕਾਇਦਾ ਮੁਆਵਜ਼ਾ ਲਿਆ ਇਹ ਮੁਆਵਜ਼ਾ ਲੈ ਨਹੀਂ ਆਏ ਸਨ ਇਹ ਹੀ ਕਮਾਈ ਕਰਨ ਆਏ ਸਨ ਮੁਆਵਜ਼ਾ ਲੈ ਗਏ ਉਹ ਸਾਰੀਆਂ ਦੋ ਨੰਬਰੀਆਂ ਇੱਕ ਨੰਬਰ 'ਚ ਬਦਲੀਆਂ ਔਰ ਸਾਰੇ ਕੇਸ ਵਾਪਸ ਹੋਏ ਮੈਂ ਤੁਹਾਡੇ ਚੈਨਲ ਦੀ ਵਸਾਤਤ ਦੇ ਨਾਲ ਇਹ ਰਿਆਸੀ ਮੈਂਬਰਾਂ ਨੂੰ ਇੱਕ ਗੁਜ਼ਾਰਿਸ਼ ਕਰਾਂਗਾ ਇਹ ਸਾਰਾ ਫਰਾਡੀਆਂ ਦਾ ਗਰੁੱਪ ਹੈ ਇਨ ਦਾ ਇੱਕੋ ਹੀ ਮਕਸਦ ਹੈ ਖੁਦਾਰਾ ਤੁਸੀਂ ਆਪਣੀ ਕਲੋਨੀ ਨੂੰ ਬਚਾਓ ਜਦੋਂ ਤੁਸੀਂ ਵੋਟ ਪਾਉਣ ਜਾਓ ਆਪਣੇ ਜ਼ਮੀਰ ਦੀ ਆਵਾਜ਼ ਸਾਹਮਣੇ ਰੱਖੋ ਕਲੋਨੀ ਦੇ ਹਾਲਾਤ ਨੂੰ ਸਾਹਮਣੇ ਰੱਖੋ ਇਹ ਮੇਰੇ ਔਰ ਤੁਹਾਡੇ ਸਾਰਿਆਂ ਦੇ ਬੱਚਿਆਂ ਦਾ ਫਿਊਚਰ ਹੈ ਤੇ ਸਾਨੂੰ ਇਹਦੇ ਉੱਤੇ ਜ਼ਰੂਰ ਇਹਦੇ ਉੱਤੇ ਗੌਰ ਕਰਨਾ ਚਾਹੀਦਾ ਹੈ ਇਹ ਵੋਟ ਦੇਣ ਲਿਆ ਵੋਟ ਇੱਕ ਮਾਨਤ ਹੈ ਔਰ ਅਮਾਨਤ ਦੇ ਵਿੱਚ ਖਿਆਨਤ ਨਹੀਂ ਕਰਨੀ ਚਾਹੀਦੀ अच्छा ਢਾਰ ਸਾਹਿਬ ਗੁਜ਼ਾਰਿਸ਼ ਇਹ ਹੋਵੇ ਕਿ ਉਹ ਜਿਹੜੇ ਬਾਈ ਕੇਸ ਕੀਤੇ ਇਮਤੀਆਜ਼ ਸਾਈ ਸਾਹਿਬ ਨੇ ਚਲੋ ਉਹ ਤੇ ਉਹਨਾਂ ਦੇ ਵਿੱਚ ਹੀ ਚਲੇ ਗਏ ਜਾ ਕੇ ਮਿਲ ਗਏ ਉਸੇ ਹੀ ਗਰੁੱਪ ਨਾਲ ਉਹ ਬਾਈ ਕੇਸ ਅਗਰ ਸੱਚੇ ਸਨ ਔਰ ਵਾਕਈ ਉਹਨਾਂ ਦੀ ਕ腐ਸ਼ਨ ਦੇ ਬਾਈ ਸਬੂਤ ਸਨ ਤੇ ਉਹ ਕੇਸ ਫੇਰ ਅੱਗੋਂ ਤੁਸੀਂ ਚੁੱਕ ਲੈਣੇ ਸਨ ਤੁਸੀਂ ਵੀ ਤੇ ਚੁੱਪ ਕਰ ਗਏ ਨਾ ਤੁਸੀਂ ਵੀ ਤੇ ਅੱਗੋਂ ਕੁਝ ਨਹੀਂ ਕੀਤਾ ਨਹੀਂ ਐਸਾ ਨਹੀਂ ਉਹ ਚੂ ਕਿ ਉਹਨਾਂ ਦੇ ਡਾਕਟਰ ਸਾਹਿਬ ਇਹਦੇ ਵਿੱਚ ਉਹਨਾਂ ਵਕੀਲ ਵਕੀਲ ਜਿਹੜੇ ਵਕਾਲਾ ਹੁੰਦੇ ਨੇ ਡਾਇਰੈਕਟ ਮਾਮਲੇਤ ਉਹਨਾਂ ਦੇ ਇਨਵੋਲਵ ਹੁੰਦੇ ਨੇ ਉਹ ਡਾਇਰੈਕਟ ਹੁੰਦੇ ਨੇ ਬੇਸ਼ੱਕ ਉਹਨਾਂ ਕੇਸ ਵਾਪਸ ਲੈ ਲੈ ਰਹੇ ਲੇਕਿਨ ਇਹ ਮੈਂ ਸਾਰੇ ਦੋਸਤਾਂ ਨੂੰ ਇਹ ਯਾਦ ਦਿਹਾਨੀ ਕਰਾਦਾ ਕਿ ਮੈਂ ਪਿਛਲੇ 9 ਸਾਲ ਤੋਂ ਕਰਪਸ਼ਨ ਦੇ ਮੁਤਾਬਕ ਮੁਤਲਕ ਜਿਹੜਾ ਨਾ ਇਹ ਆਪਣੀ ਆਵਾਜ਼ ਬੁਲੰਦ ਰੱਖੀ ਏ ਸਾਡੇ ਇਨਸ਼ਾਅੱਲਾਹ ਤਾਲਾ ਜਿਹੜੇ ਕੇਸ ਜਿੰਦੇ ਵਿੱਚ ਮੇਰੇ ਸਾਈਨ ਨੇ ਉਹ ਕਿਸੇ ਤਰੀਕੇ ਵਿਡਰਾ ਨਹੀਂ ਹੋਣਗੇ ਤੇ ਜੂ ਹੀ ਅਸੀਂ ਇਲੈਕਸ਼ਨ ਦੇ ਮਾਮਲੇਤ ਤੋਂ فارਗ ਹੋਵਾਂਗੇ ਅਸੀਂ ਉਹਨਾਂ ਨੂੰ ਕੰਟੀਨਿਊ ਕਰਾਂਗੇ ਹਰ ਸੁਚਾਹੇ ਕੋਈ ਵੀ ਰਿਜ਼ਲਟ ਇਲੈਕਸ਼ਨ ਦਾ ਜਿਹੜਾ ਮਰਜ਼ੀ ਹੋਵੇ لیکن ਅਸੀਂ ਕ੍ਰਪਸ਼ਨ ਦੇ ਉੱਤੇ ਕੰਪਰੋਮਾਈਜ਼ ਕਿਸੇ ਸੂਰਤ ਵਿੱਚ ਨਹੀਂ ਕਰਾਂਗੇ ਅਸੀਂ ਇਨਸ਼ਾਅੱਲਾ ਤਾਲਾ ਇਸ ਕ੍ਰਪਟ ਟੋਲੇ ਦੇ ਖਿਲਾਫ ਆਪਣਾ ਮੋਕਫ ਔਰ ਸਟੈਂਡਰਡ ਹੈ ਨਾ ਉਹਨੂੰ ਇਨਸ਼ਾਅੱਲਾ ਤਾਲਾ ਉਹਨੂੰ ਜਿਹੜਾ ਨਾ ਕਾਇਮ ਔਰ ਦائم ਰੱਖਾਂਗੇ ਅੱਛਾ ਡਾਰ ਸਾਹਿਬ ਤੁਸੀਂ ਫਰਮਾ ਰਹੇ ਹੋ ਕਿ 9 ਸਾਲ ਤੋਂ ਤੁਸੀਂ ਅਲਮ ਚੁੱਕਿਆ ਹੈ ਇਹਨਾਂ ਦੀ ਕ੍ਰਪਸ਼ਨ ਨੂੰ ਬੇਨਕਾਬ ਕਰਨ ਦਾ ਇਹਨਾਂ ਦੇ ਖਿਲਾਫ ਐਲਾਨ ਜੰਗ ਤੁਸੀਂ ਕੀਤਾ ਹੈ ਤੇ ਇਹਨਾਂ 9 ਸਾਲਾਂ ਦੇ ਵਿੱਚ ਤੁਸੀਂ ਕਈ ਬੂਹੇ ਖੜਕਾਏ ਇਨਸਾਫ ਲੈਣ ਲਈ ਕਈ ਜਗ੍ਹਾ ਤੇ ਤੁਸੀਂ ਜਾ ਕੇ ਦਸਤਕ ਦਿੱਤੀ ਪਈ ਐ ਦੇਖੋ ਕ腐ਸ਼ਨ ਹੋਈ ਐ ਇਹ ਕ腐ਸ਼ਨ ਦੇ ਸਬੂਤ ਨੇ ਤੇ ਕਿਹਾ ਤੁਹਾਨੂੰ ਕਿਦਰੋਂ ਖੈਰ ਵੀ ਪਈ ਐ ਕਿ ਹਰ ਥਾਂ ਤੇ ਮੇਰਾ ਮਤਲਬ ਹੈ ਜਵਾਬ ਹੀ ਮਿਲਿਆ ਤੁਹਾਨੂੰ ਡਾਕਟਰ ਸਾਹਿਬ ਇਹ ਸਾਡਾ ਲਮੀ ਜਾਵੇ ਕਿ ਦੇਖੋ ਜਦੋਂ ਮੈਂ ਕਿਸੇ ਮਾਮਲੇ ਜਾ ਕੇ ਕੇਸ ਕਰਨਾ ਮੈਂ ਦਰਹਾਸ ਦੇਣੀ ਐ ਮੈਂ ਤੇ ਉਥੇ ਵਕੀਲ ਆਪਣੇ ਦੀ ਫੀਸ ਦੇ ਸਕਨਾ ਹਾਂ ਲੇਕਿਨ ਜਿਹੜੇ ਬਸਰੇ ਇਕਤਦਾਰ ਹੁੰਦੇ ਨੇ ਉਹਨਾਂ ਦੇ ਕੰਟਰੋਲ ਦੇ ਵਿੱਚ ਪਲਾਟ ਹੁੰਦੇ ਨੇ ਜਿਹੜਾ ਅਮਜਦ ਬਾਟ ਸਾਬ ਦਾ ਦੌਰ ਸੀ ਇਹਨਾਂ ਸਿਰਫ ਮੇਰੇ ਕੇਸਾਂ ਦੇ ਖਿਲਾਫ ਲਿਟੀਗੇਸ਼ਨ ਦੇ ਵਿੱਚ ਸੁਸਾਇਟੀ ਦਾ 3.5 ਕਰੋੜ ਰੁਪਇਆ ਇਹਨਾਂ ਉਹ ਲੀਗਲ ਐਡਵਾਈਜ਼ਰਾਂ ਨੂੰ ਔਰ ਇਹਨਾਂ ਕੇਸਾਂ ਦੇ ਵਿੱਚ ਦਿੱਤਾ ਆਪਣੇ ਕ腐ਸ਼ਨ ਦੇ ਕੇਸਾਂ ਦੇ ਵਿੱਚ ਇਹਨਾਂ ਸੁਸਾਇਟੀ ਦਾ ਪੈਸਾ ਬਰਬਾਦ ਕੀਤਾ ਇਹਨਾਂ ਫੀਸਾਂ ਦੀ ਮੱਦਈ ਦਿੱਤਾ ਦੇਖੋ ਮੈਂ ਫੀਸ ਦੇ ਸਕਣਾ ਡੀਲ ਇਹ ਲੋਕ ਕਰਦੇ ਨੇ ਇਹਨਾਂ ਦੇ ਕੋਲ ਪਲਾਟ ਹੁੰਦੇ ਨੇ ਇਹਨਾਂ ਸੁਸਾਇਟੀ ਦੇ ਸਾਡੇ ਪਲਾਟ ਬਰਬਾਦ ਕੀਤੇ ਅਗਰ ਅਸੀਂ ਪਲਾਟਾਂ ਦੇ ਅਲਾਟਮੈਂਟ ਦਾ ਜ਼ਿਕਰ ਕਰਦੇ ਜਾਈਏ ਸ਼ਾਇਦ ਮੈਂ ਇਹ ਭੁੱਲ ਨਾ ਜਾ ਕਿ ਜਿਹੜੀ ਸਾਡੀ ਮੌਜੂਦਾ ਰਜਿਮ ਹੈ ਇਹਨਾਂ ਦੀ ਰਜਿਮ ਖਤਮ ਹੋਣ ਤੋਂ ਡੇਢ ਮਹੀਨਾ ਪਹਿਲੇ ਇਸ ਸਾਰੀ ਰਜਿਮ ਨੇ ਸ਼ਾਇਦ 2 ਜਾਂ 3 ਜਿਹੜੇ ਨੇ ਮੈਂਬਰਾਂ ਉਹਨਾਂ ਤੋਂ ਇਲਾਵਾ ਇਸ ਸਾਰੀ ਰਜਿਮ ਨੇ 10-10 ਮਰਲੇ ਦੇ ਪਲਾਟ ਲਏ ਨੇ ਮਮਕਨ ਹੈ ਜਿਹੜੇ ਵੱਡੇ ਉਦੇਦਾਰ ਨੇ ਇਸ ਤੋਂ ਵੀ ਜ਼ਿਆਦਾ ਲਏ ਹੋਣ ਇਹਨਾਂ 20-20 ਲੱਖ ਰੁਪਏ ਜਮ੍ਹਾਂ ਕਰਾ ਕੇ ਇਹਨਾਂ ਡੇਢ-ਡੇਢ ਕਰੋੜ ਕਰੋੜ ਦੇ ਪਲਾਟ ਵੇਚੇ ਨੇ ਔਰ ਉਹਦੇ ਵਿੱਚੋਂ ਇਹਨਾਂ ਆਖਰੀ ਮਹੀਨੇ ਦੇ ਵਿੱਚ ਸਵਾ ਸਵਾ ਕਰੋੜ 1 1 ਕਰੋੜ 33 ਲੱਖ ਰੁਪਏ ਇੱਕ ਬੰਦੇ ਨੇ ਦਿਹਾੜੀ ਲਈਏ ਇਹ ਸਾਡੇ ਬੱਚਿਆਂ ਦੇ ਡੀਸੀ ਗ੍ਰੋਨਿੰਗ ਦੇ ਮੈਂਬਰਾਂ ਦੇ ਅਸਾਸੇ ਨੇ ਜਿਹੜੇ ਇਹ ਚੋਰ ਡਾਕੂ ਵੇਚੀ ਜਾ ਰਹੇ ਨੇ ਔਰ ਸੋਸਾਇਟੀ ਨੂੰ ਖਾਈ ਜਾ ਰਹੇ ਨੇ ਪਿਆਰੇ ਵੇਖਣ ਵਾਲੇ ਤੁਸੀਂ ਸਾਡੇ ਅੱਜ ਦੇ ਪ੍ਰੋਣੇ ਇ드ਰੀਸ ਢਾਰ ਸਾਹਿਬ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਬਹੁਤ ਗੋ ਗੋਚਰੀਆਂ ਗੱਲਾਂ ਢਾਰ ਸਾਹਿਬ ਹੋਰਾਂ ਨੇ ਕੀਤੀਆਂ ਨੇ ਔਰ ਹੈਰਾਨ ਕੁਨ ਅਮਰ ਸਾਡੇ ਲਈ ਵੀ ਤੇ ਬਿਲ ਖਸੂਸ ਡੀਸੀ ਕਲੋਨੀ ਦੇ ਸਾਰੇ ਵਸਨੀਕਾਂ ਦੇ ਵਾਸਤੇ ਇਹ ਗੱਲ ਬੜੀ ਬਾਇਸੇ ਤਸ਼ਵੀਸ਼ ਹੋਣੀ ਚਾਹੀਦੀ ਏ ਕਿ ਅਰਬਾਂ ਰੁਪਏ ਦੀ ਕਰਪਸ਼ਨ ਕਰ ਜਾਣ ਵਾਲੇ ਲੋਕ ਅਰਬਾਂ ਰੁਪਏ ਡੀਸੀ ਕਲੋਨੀ ਦੇ ਰਿਹਾਇਸ਼ੀਆਂ ਦੇ ਹੜੱਪ ਕਰ ਜਾਣ ਵਾਲੇ ਲੋਕ ਵੇਖੋ ਇੱਕ ਵਾਰੀ ਫੇਰ ਉਮੀਦਵਾਰ ਬਣੇ ਨੇ ਤੁਹਾਡੇ ਹੀ ਵੋਟਾਂ ਦੇ ਤੇ ਸਾਹਿਬੋ ਤੁਹਾਨੂੰ ਆਇੰਦਾ ਆਪਣੇ ਜਿਹੜੇ ਅਹੁਦੇਦਾਰਾਂ ਨੇ ਡੀਸੀ ਕਲੋਨੀ ਦੇ ਉਹ ਬੜੇ ਸੋਚ ਸਮਝ ਕੇ ਸੋਚ ਵਿਚਾਰ ਕਰਕੇ ਇਨਵੈਸਟੀਗੇਟ ਕਰਕੇ ਤੇ ਫੇਰ ਚੁਣਨੇ ਚਾਹੀਦੇ ਨੇ ਜਿਹੜੀਆਂ ਗੱਲਾਂ ਸਾਡੇ ਪ੍ਰੌਣੇ ਆ ਕੇ ਸਾਡੇ ਵਲੌਗ ਦੇ ਵਿੱਚ ਕਰਦੇ ਨੇ ਤੁਹਾਡਾ ਕੰਮ ਹੈ ਉਹਨਾਂ ਦੀ ਤਹਿਕੀਕ ਕਰੋ ਔਰ ਅਗਰ ਇਹ ਸਾਬਤ ਹੋ ਜਾਏ ਕਿ ਤੁਹਾਡੇ ਹੀ ਪੈਸੇ ਤੁਹਾਡੇ ਆਪਣੇ ਹੀ ਚੁਣੇ ਹੋਏ ਨੁਮਾਇੰਦਗਾਂ ਹੜੱਪ ਕਰ ਰਹੇ ਨੇ 4 ਰੁਪਏ ਉਹਨਾਂ ਆਪਣੇ ਪੇਟ 'ਚ ਪਾ ਲੈਨੇ ਔਰ ਡੀਸੀ ਕਲੋਨੀ ਦੀ ਵੈਲਫੇਅਰ ਰਸਤੇ ਤੁਹਾਡੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹਨਾਂ ਦੇ تحفظ ਵਾਸਤੇ ਤੁਹਾਡੇ ਬੱਚਿਆਂ ਦੇ ਮਸਤਕਬਲ ਦੇ تحفظ ਦੇ ਵਾਸਤੇ ਉਹਨਾਂ ਕੁਝ ਨਹੀਂ ਕੀਤਾ ਤੇ ਫਿਰ ਤੁਹਾਨੂੰ ਆਪਣੇ ਵਾਸਤੇ ਤੇ ਆਪਣੇ ਬੱਚਿਆਂ ਦੇ ਵਾਸਤੇ ਬਾ ਕਿਰਦਾਰ ਤੇ ਬੇਦਾਗ ਸ਼ਖਸੀਅਤ ਨੂੰ ਇਸ ਵਰੀ منتخب ਕਰਨਾ ਚਾਹੀਦਾ ਹੈ ਤਾਂ ਕਿ ਤੁਹਾਡੇ ਬੱਚਿਆਂ ਦਾ ਵੀ ਮਸਤਕਬਲ ਮਹਫੂਜ਼ ਹੋ ਜਾਵੇ ਔਰ ਤੁਹਾਡੀਆਂ ਆਪਣੀਆਂ ਪ੍ਰਾਪਰਟੀਆਂ ਜਿਹੜੀਆਂ ਕਿ ਤੁਸੀਂ ਪੈਸੇ ਖਰਚ ਕੇ ਲਈਆਂ ਹੋਈਆਂ ਨੇ ਕੋਈ ਲੁੱਟਦਾ ਮਾਲ ਨਹੀਂ ਬੜੇ ਮੁਸ਼ਕਲਾਂ ਪੈਸੇ ਸਾਡੇ ਅਹਿਬਾਬ ਨੇ ਕਮਾ ਕੇ ਤੇ ਇਹ ਆਲ ਨੇ ਇਹ ਆਸ਼ੀਆਂ ਨੇ ਬਣਾਏ ਹੋਣੇ ਨੇ ਉਹਨਾਂ ਨੂੰ ਆਪਣੇ ਮਕਾਨਾਂ ਦਾ ਆਪਣੀਆਂ ਜਾਇਦਾਦਾਂ ਦਾ تحفظ ਕਰਨਾ ਚਾਹੀਦਾ ਹੈ ਇਸ ਤੋਂ ਅੱਡ ਖੂਬ ਸੁਰਤ ਤੇ ਬਾ ਕਿਰਦਾਰ ਲੋਕਾਂ ਦੇ ਬਰਸਰੇ ਇਕਤਦਾਰ ਆਉਣ ਦੇ ਨਾਲ ਪੂਰੀ ਡੀਸੀ ਕਲੋਨੀ ਦਾ ਮਾਹੌਲ ਬਦਲ ਜਾਏਗਾ ਰਿਹਾਇਸ਼ੀਆਂ ਨੂੰ ਨਵੀਆਂ ਆਸائشਾਂ ਮਿਲਣਗੀਆਂ ਉਹਨਾਂ ਦੇ ਵਾਸਤੇ ਆਸਾਨੀਆਂ ਪੈਦਾ ਹੋਣਗੀਆਂ ਜਿਸ ਤਰ੍ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਵਾਪੜਾ ਟਾਊਨ ਇੱਕ ਐਸੀ ਕਲੋਨੀ ਹੈ ਕਿ ਜਿੱਦੀਆਂ ਆਪਣੇ ਐਸੈਟਸ ਇੰਨੇ ਜ਼ਿਆਦਾ ਨੇ ਉਸ ਕਲੋਨੀ ਦੇ ਕੇ ਇੰਤਹਾਈ ਜ਼ਿਆਦਾ ਆਮਦਨੀ ਹੁੰਦੀ ਹੈ ਰਿਹائشੀਆਂ ਦੇ ਉੱਤੇ ਕੋਈ ਭਾਰ ਨਹੀਂ ਪੈਂਦਾ ਜਦੋਂ ਕਿ ਇਹ ਉਹਦੇ ਨਾਲੋਂ ਕਈ ਗੁਣਾ ਵੱਡੀ ਰਿਹائشੀ ਸਕੀਮ ਹੈ ਲੇਕਿਨ ਬਦਕਿਸਮਤੀ ਦੇ ਨਾਲ ਅੱਜ ਤਾਈਂ ਬਾ ਕਰਦਾਰ ਤੇ ਬਾ ਇਖਲਾਸ ਲੋਕ ਜਿਹੜੇ ਨੇ ਉਹ ਬਰਸਰੇ ਇਕਤਦਾਰ ਨਾ ਆ ਸਕੇ ਜਿਸ ਤਰ੍ਹਾਂ ਕਿ ਸਾਡੇ ਅੱਜ ਦੇ ਪ੍ਰੋਨੇ ਡਾਰ ਸਾਹਿਬ ਹੋਰਾਂ ਵੀ ਦੱਸਿਆ ਇਸ ਤੋਂ ਪਹਿਲੇ ਵੀ ਅਸੀਂ 2-3 ਵਲੌਗਜ਼ ਕਰਕੇ ਤੁਹਾਨੂੰ ਸਭ ਕੁਝ ਚਾਨਣਾ ਕਰਕੇ ਵਹਾ ਚੁਕੇ ਆ ਅੱਗੋਂ ਵੋਟ ਤੁਸਾਂ ਪਾਣੇ ਨੇ ਆਪਣੇ ਨੁਮਾਇੰਦੇ ਤੁਸਾਂ ਸਿਲੈਕਟ ਕਰਨੇ ਨੇ ਫੈਸਲਾ ਤੁਹਾਡੇ ਹੱਥ 'ਚ ਏ ਅਸਾਂ ਹਕੀਕਤ ਤੁਹਾਡੇ ਤਾਂ ਹੀ ਪੁੱਛਾ ਦਿੱਤੀ ਏ ਹੁਣ ਸਾਨੂੰ ਦਿਓ ਇਜਾਜ਼ਤ ਰੱਬ ਰਾਖਾ ਤੇ ਅੱਲਾ ਬੇਲੀ ਓ ਚੱਲ